ਹਾਏ ਮੰਮੀ ਬੇਬੇ ਹਣਾ ਆ ਗਾਜਰਾਂ ਦੀਆਂ ਤਾਂ ਖੇੜੀਆਂ ਲੰਗੀਆਂ ਹੋਰ ਇਹ ਪੁੱਤ ਸਟੋਰਾ ਵਾਲੀਆਂ ਹੁੰਦਾਂਗਾ ਹੋਰ ਆਪਣੇ ਤਾਂ ਮੈਂ ਕਿ ਸਬਜ਼ੀ ਤੂੰ ਹੀ ਰਹਿਗੇ ਚਲ ਕੋਈ ਨਹੀਂ ਹੁਣ ਆਪਾਂ ਕਿਸੇ ਦੇਹੜ ਕੇ ਨੂੰ ਸੱਦ ਕੇ ਨਾ ਤੇ ਸਬਜ਼ੀ ਸਾਰੀ ਲਵਾ ਲਾਂਗੇ ਹਾਂ ਤੇ ਕੀ ਕਹਿੰਦੀ ਸੀ ਬੇਬੇ ਨਾਲ ਹਾਂ ਕਰ ਦੇ ਦੇ ਮੈਨੂੰ ਮੈਂ ਤੈਨੂੰ ਆਏ ਆਂਦੀ ਸੀ ਮਾਹ ਤੜਕੇ ਜਦੋਂ ਮੈਂ ਗੁਰੂ ਘਰ ਗਈ ਆਂਗੀ ਹਾਂ ਤੇ ਮੈਂ ਆਉਂਦੀ ਆਉਂਦੀ ਇਹ ਖੜ ਗਈ ਕਿਹਦੇ ਬੇਬੇ ਆ ਆਪਣੇ ਇੱਧਰ ਦੇ ਦੂਜੇ ਤਰ ਚਾਚੇ ਕੇ ਘਰ ਕਰਨੀ ਅੱਛਾ ਕਿਉਂ ਨੇ ਉਹਨਾਂ ਦੇ ਜਲਪੁਰ ਕਾਈ ਕੇ ਹਾਂ ਉਹਨਾਂ ਦੇ ਤੇ ਜਦ ਮੈਂ ਖੜ ਜਾਈ ਗਈ ਤੋਂ ਗੱਲਾਂ ਜੀਆਂ ਲੱਗੋ ਮੇਰੇ ਨਾਲ ਕਰਨ ਕੋੜੇ ਕੱਲ ਉਹਨਾਂ ਦੀ ਕੁੜੀ ਦੀ ਸਰਗੀ ਆਈ ਸੀਗੀ ਅੱਛਾ ਬੇਬੇ ਉਹਨਾਂ ਦੀ ਸ਼ੰਮੀ ਦੀ ਸਰਗੀ ਆਈ ਸੀ ਹਾਂ ਉਹਨਾਂ ਦੀ ਕੁੜੀ ਦੀ ਆਈ ਸੀ ਤੇ ਮੈਂ ਕਿ ਵੀ ਕੱਲ ਤੁਸੀਂ ਗੁਰੂ ਘਰ ਨਹੀਂ ਆਈਆਂ ਹਾਂ ਤੇ ਉਹ ਆਂਦੀ ਕਿ ਕੱਲ ਕਿ ਬਾਬਾ ਪ੍ਰੋਗਰਾਮ ਜਿਹਾ ਸੀਗਾ ਸੱਤੋਂ ਆਏ ਨਹੀਂ ਗੇ ਫਿਰ ਤੜਕੇ ਸੁਨੇਹਾ ਕਮਤੰਦਾ ਜੀ ਸਾਹਮਣੇ ਲੱਗ ਗੋ ਤੀ ਅੱਛਾ ਅੱਛਾ ਹਾਂ ਮੈਂ ਜਾ ਮੈਂ ਹਰ ਸਖਰਚੇ ਵਧਾਏ ਆ ਲੈ ਹਾਂ ਬੇਬੇ ਹਾਏ ਗੇ ਦਾ ਖਰਚਿਆ ਅਗਲਾ ਉੱਠ ਕੇ ਗੱਡੀਆਂ ਕਰਾ ਲਾਂਦਾ ਦੋ ਦੋ ਤੇ 20 ਵੀ ਜਾਣੇ ਵਗ ਜਾਂਦੇ ਨੇਗੇ ਹੋਰ ਫਿਰ ਮੈਂ ਪੁੱਛਾਂ ਮਾ ਕੀ ਕੁਸ ਆਇਆ ਸੀਗਾ ਮੈਂ ਜੀ ਕਿ ਨਾਲ ਤਾਂ ਬਾਹਲੇ ਸੋਨਾ ਸੱਟ ਪਾ ਕੇ ਗਏ ਆਗੇ ਅੱਛਾ ਤੇ ਇਹਨਾਂ ਬਾਹਲਾ ਸੋਨਾ ਲੀੜਾ ਕਪੜਾ ਜਵਾਖਾਂ ਜਿੰਨਾਂ ਤੋਂ ਲਾ ਸਾਰਿਆਂ ਤੋਂ ਟੋਟੜੀ ਕਿ ਲੀੜਾ ਕਪੜਾ ਲਿਆਏ ਸੀ ਉਹਨਾਂ ਦੇ ਤਾਂ ਲੈ ਬੇਬੇ ਫਿਰ ਇਹ ਤਾਂ ਦੋਨਾਂ ਤਰ੍ਹਾਂ ਦਾ ਖਰਚਾ ਹੋ ਗਿਆ ਫਿਰ ਉਹਨਾਂ ਦਾ ਵੀ ਤਾਂ ਹੋਏ ਹੀ ਹੁਣ ਹੋਏ ਹੋਊਗਾ ਭਾਈ ਹੁਣ ਜਦੋਂ ਇਹਨਾਂ ਲਿਆਈ ਸੀ ਚੱਕ ਤੱਕਾ ਕੇ ਬਾਕੀ ਸਰੇਨ ਨਾਲ ਵੀ ਲਾਇਆ ਇਹ ਤਾਂ ਨਾ ਲੋਕਾਂ ਨੇ ਉਹੀ ਸ਼ੋਸ਼ੇਬਾਜ਼ੀ ਕਰ ਰੱਖੀ ਆ ਲੈ ਹੁਣ ਦੇਖ ਲੈ ਲੱਖ ਰੁਪਇਆ ਤਾਂ ਇਹਨਾਂ ਦਾ ਖਰਚਾ ਆਇਆ ਹੋਗਾ ਤੇ ਉਹਨਾਂ ਦਾ ਤਾਂ 2.5 ਲੱਖ ਆਇਆ ਹੁਣ ਹੋਇਆ ਹੋਗਾ ਇੰਨਾ ਕ ਖਰਚਾ ਤਾਂ ਮੰਗਿਆ ਹੀ ਆ ਫਿਰ ਹੁਣ ਸਿੱਟੇ ਕਿਹੜੇ ਉਹੀ ਬਣਦਾ ਇਹ ਵੱਡੇ ਲੋਕਾਂ ਨੇ ਇਹਨਾਂ ਦਾ ਆ ਗਰੀਬ ਲੋਕ ਮਾਰ ਛੱਡੇ ਨੇ ਮਾਰ ਛੱਡੇ ਭਾਈ ਮਾਰ ਛੱਡੇ ਨੇ ਰੀਸੋ ਰੀਸ ਰੀਸੋ ਰੀਸੀ ਇਹੇ ਕੰਮ ਹੋਰ ਫਾਹੇ ਲਈ ਜਾਂਦੇ ਨੇ ਐਡੀਆਂ ਚੱਕ ਚੱਕ ਕੇ ਤੇ ਹੋਰ ਸੱਚੀ ਕੀ ਕਹਿਣੀ ਆ ਆਪਣੇ ਵਾਲਿਆਂ ਦੀ ਗੱਲ ਸੁਣ ਲੈ ਹਾਂ ਆਪਣੇ ਵਾਲੀ ਤਾਂ ਆਪ ਆ ਆਹਾ ਕੁੜੇ ਜਸਪ੍ਰੀਤ ਹਾਂ ਸਰਗੀ ਦੇ ਕਿ ਆਵਦੀ ਪਰਜਾਈ ਨੂੰ ਅੱਛਾ ਹਾਂ ਤੇ ਗੱਲਾਂ ਕਰੀ ਜਾਂਦੀ ਸੀ ਤੈਨੂੰ ਪਤਾ ਮੇਰੇ ਨਾਲ ਤਾਂ ਕੰਮ ਹੈ ਰ ਜਾਣ ਜਾਣ ਵੀ ਸੁਣਾਉਂਦੀ ਹੋਊਗੀ ਸੁਣਾਉਂਦੀ ਹੋਊਗੀ ਇਹਨੂੰ ਹਾਂ ਤੇ ਮੈਨੂੰ ਦੇਖ ਦੇਖ ਕੇ ਨਾਲ ਤਾਂ ਮੂੰਹ ਆਏ ਪਰ ਕਰੇ ਤੇ ਨਾਲੇ ਗੱਲਾਂ ਕਰੇ ਤੇ ਆਹ ਦੇਖ ਲੈ ਆਹ ਨੌਕਟ ਵਾਲੀ ਚੇਨ ਪਾਈ ਆ ਮੇਰੇ ਭਰਾ ਦੇ ਸਹੁਰੇ ਨੇ ਨਨਦ ਨੂੰ ਦੇਖ ਲੈ ਲੈ ਦੇਖ ਲੈ ਹਾਂ ਕਿੱਥੇ ਦੀ ਕਿੱਥੇ ਦਾ ਹਾਂ ਹਾਂ ਕਿੱਥੇ ਦੀ ਕਿੱਥੇ ਬੇਵੇ ਮਰਨੇ ਹੀ ਆ ਫਿਰ ਲੋਕਾਂ ਨੇ ਹੋਰ ਭਾਈ ਬੜਾ ਖਰਚਾ ਕਰਦੇ ਲੋਕ ਹਨ ਮੈਂ ਤਾਂ ਹੱਦ ਆ ਆ ਵਿਆਹਾਂ ਚ ਤਾਂ ਬੇ ਬਗਲਾ ਟੂਮ ਛੱਲਾ ਪਾ ਦਾਂਦਾ ਪਹਿਲਾਂ ਨਣਦਨਨ ਦੋਈਏ ਨੂੰ ਤੇ ਆ ਸਰਗੀਆਂ ਚ ਤਾਂ ਪਹਿਲੀ ਵਾਰ ਸੁਣਿਆ ਹਾਂ ਇਹ ਤਾਂ ਹੁਣ ਕਰਦਾ ਨਹੀਂ ਅਗਲਾ ਇਹ ਜਿਵੇਂ ਹਰ ਤਾਂ ਹਨਾ ਹੋਰ ਭਾਈ ਅਗਲੇ ਤਾਂ ਪਤਾ ਹੀ ਨਹੀਂ ਹੁੰਦਾ ਹਨਾ ਬਾਵਾ ਘਰੋਂ ਤਖੜੇ ਹੋਣਗੇ ਉਹ ਨਹੀਂ ਹੋਰ ਬੇਬੇ ਇਹ ਤਾਂ ਲੋਕ ਨਾ ਪੁੱਛਣਾ ਬੜਾਈ ਕੁਛ ਕਰ ਰਹੇ ਨੇ ਇਹ ਹੋਰ ਭਾਈ ਹਨਾ ਬੜਾ ਖਰਚਾ ਵਧਾ ਰੱਖਿਆਗਾ ਉਸ ਤੈਨੂੰ ਵੀ ਵੇਖ ਵੇਖ ਕਰਦੀ ਹੋਗੀ ਆਹ ਉਹ ਕਰੀ ਜਾਵੇ ਫਿਰ ਮੈਨੂੰ ਤਾਂ ਕੀ ਕਰ ਲੂਗੀ ਆਪਦੇ ਘਰੇ ਕੋ ਆਪਾਂ ਤੇ ਉਹ ਆਪਦੇ ਘਰੇ ਆਗੇ ਆ ਪਤਾ ਨਹੀਂ ਬੇਬੇ ਕਦੇ ਰੀਸ ਕਰੀ ਕਿਸੇ ਦੀ ਤੈਨੂੰ ਪਤਾ ਹੀ ਆ ਹੁਣ ਲੋੜ ਹੀ ਨਹੀਂ ਪਤਾ ਮੈਂ ਕਿਸੇ ਦੇ ਮਗਰ ਲਾ ਕੇ ਰਿਸਾ ਕਰਨ ਦੀ ਮਾਂ ਖ ਲੈ ਫਿਰ ਭਈ ਉਹੀ ਗੱਲ ਤੂੰ ਤਾਂ ਮਾੜਿਆਂ ਨੂੰ ਮਾਰਨ ਵਾਲੀ ਗੱਲ ਕਰਤੀ ਉਹੀ ਤਾਂ ਹੈਗੀ ਫਿਰ ਮਾੜਾਂ ਨੂੰ ਮਾਰਨ ਵਾਲਾ ਕੰਮ ਹੀ ਹੈ ਇਹ ਹੁਣ ਆਪਾਂ ਰੀਸ ਨਾ ਕਹਿ ਦਿੰਨੇ ਵੀ ਆਪਾਂ ਵੀ ਐ ਕਰ ਲੀ ਆਪਾਂ ਵੀ ਐ ਕਰ ਲੀਏ ਫਸਲ ਨਹੀਂ ਬਾੜੀ ਨਹੀਂ ਹੁਣ ਚੱਜ ਦੀ ਹੁੰਦੀ ਨਰਮਾ ਕ ਪਾ ਨਹੀਂ ਹੁੰਦਾ ਵਾ ਜੱਜ ਦਾ ਉਹ ਸੁੰਡਗਾ ਖਾ ਜਾਂਦਿਆਂਗਾ ਆ ਚੋਨੇ ਹੁਣ ਬੱਦਲ ਪੈ ਗਿਆ ਲੇਕਿਨ ਮਿੱਡਗੇ ਪਏ ਹੈਗੇ ਝੋਕੀ ਨਿਕਲੂਗਾ ਕੀ ਨਿਕਲੂਗਾ ਚਾਰ ਬੇਬੇ ਮੈਂ ਸਬਜੀ ਨੂੰ ਤੜਕਾ ਲਾਉਣੀ ਆ ਤੂੰ ਕਰ ਲੈ ਕੀ ਕਰਦੀਆਂਂਗੀ ਬਣਾ ਲੈ ਪੁੱਤ ਫਿਰ ਆ ਚੱਕ ਲੈ ਲਫਾਫੇ ਜੇ ਬਾਗੁਰੂ ਬਾਗੁਰੂ ਲੋਕਾਂ ਨੇ ਗੱਲਾਂ ਸੁਣ ਸੁਣ ਕੇ ਨਾ ਉਹ ਚਾਰਜ ਲੱਗ ਜਾਂਦੇ ਆਗੇ ਬਿਲਾ ਇੰਨੇ ਖਰਚੇ ਵਧਾਏ ਆਗੇ ਐਨਾ ਹੋ ਕੀਤਾ ਤੁਸੀਂ ਇਹ ਦੱਸ ਕੀ ਇਹ ਹੋ ਗੁੰਦਾ ਵਾ ਇੰਨੇ ਖਰਚਿਆਂ ਨੂੰ ਹਾਂ ਕੋਈ ਕੁਝ ਪਾਉਂਦਾ ਕੁਝ ਨਹੀਂ ਪਾਉਂਦਾ ਹਾਂ ਪੁੱਤ ਮੈਨਾਂ ਮਰੀਜੈਲੀ ਨੇ ਮੈਨੂੰ ਦੱਸਿਆ ਸੀ ਉਹਦੀ ਭੂਆ ਨਾ ਵਰਤ ਰੱਖਣ ਆਈ ਆਗੀ ਹਨਾ ਤੇ ਉਹਨਾਂ ਦੇ ਕੱਲ੍ਹ ਦੋ ਗੱਡੀਆਂ ਆਈਆਂ ਸੀਗੀਆਂ ਅਬ ਆਪਣੀ ਭੂਆ ਵੀ ਆਊਗੀ ਵਰਤ ਰੱਖਣ ਨਹੀਂ ਭੂਆ ਵਾ ਹੋਰ ਥੋੜ੍ਹੀ ਭੂਆ ਨਹੀਂ ਆਉਂਦੀ ਕਿ ਪਤਾ ਕਿ ਆਪਾਂ ਤਾਂ ਆਪਣੀ ਭੂਆ ਨੂੰ ਲਿਆ ਮੰਗੇ ਨਹੀਂ ਪਤਾ ਉਹ ਤਾਂ ਪਹਿਲਾਂ ਵੀ ਨਹੀਂ ਵਰਤ ਰੱਖਿਆਗਾ ਤੇ ਹੁਣ ਵੀ ਨਹੀਂ ਉਹ ਹੋ ਰੱਖਦੀ ਆਪਾਂ ਤਾਂ ਰਖਾਇਆ ਹੀ ਨਹੀਂ ਉਹਦਾ ਵਰਤ ਸਰਕੁੰਦਾ ਹੋਣਾ ਰੱਖ ਲੂਗੀ ਨਹੀਂ ਪਤਾ ਪਰ ਖਾਉਂਦੇ ਨਹੀਂ ਉਹਦਾ ਬਤੋ ਰੱਖਦੀ ਨਹੀਂ ਆਪਾਂ ਤਾਂ ਨਹੀਂ ਇਹ ਜਿਹੀ ਚੋਚ ਲੈ ਜੇ ਹੁੰਦੇ ਕਿ ਜਿਹੜੇ ਲੋਕ ਕਰਦੇ ਫਿਰਦੇ ਆ ਉਹ ਤਾਂ ਪਹਿਲਾ ਕਰਗਾ ਹੋਊਗਾ ਕੁੜੀ ਦਾ ਜਿਹੜੀ ਤੈਨੂੰ ਦੱਸਦੀ ਸੀਗੀ ਉਹਦੀ ਭੂਆ ਦਾ ਪਹਿਲਾ ਕਰਗਾ ਹੋ ਪੁੱਤ ਉਹ ਤਾਂ ਆਈ ਹੋਊਗੀ ਠੀਕ ਆ ਹਾਂ ਆਪਾਂ ਨਹੀਂ ਇਹ ਜਿਹਾ ਕਰਦੇ ਬਰਤ ਬੁਰਤ ਰੱਖ ਦੇਗੀ ਮੈਨੂੰ ਜੀਜੀ ਲੈਣੇ ਪੈਸੇ ਦਾ ਦੂ ਦਾਦੀ ਬਣੇ ਪਲੀਜ਼ ਉਹ ਦੇ ਦੇ 10 ਰੁਪਏ ਪਤਾ ਹੈ ਨਹੀਂ ਮੇਰੇ ਕੋਲ ਅੱਜ ਨਹੀਂ ਪਤਾ ਹੈ ਨਹੀਂ ਮੇਰੀ ਪੇਛਣ ਹੀ ਨਹੀਂ ਆਈ ਆਈ ਕਿ ਇਹ ਨਹੀਂ ਮਤਨ ਦੇ ਦਿੰਦੀ ਆ ਗਈ ਉਹ ਬਾਬੇ ਨੇ ਹੋਕਾ ਦਿੱਤਾ ਸੀ ਅੱਛਾ ਆ ਗਈ ਵੀ ਕੱਢਣ ਵਾਲੇ ਆਏ ਆਗੇ ਅੱਛਾ ਫਿਰ ਤੈਨੂੰ ਮੈਂ ਦੱਸ ਦਿੰਦੀ ਮੈਂ ਕਢਾ ਲਿਆਉਂਦੀ ਫਿਰ ਮੈਂ ਤੈਨੂੰ 10 ਰੁਪਏ ਦੇ ਦਿੰਦੀ ਆਹ ਹੁਣ ਟਵਾੜ ਨੂੰ ਪਟਾਕੇ ਲੈ ਕੇ ਲਉਂਗੀ ਤੈਨੂੰ ਮੈਂ ਚੰਗਾ ਠੀਕ ਆਹੋ ਫਿਰ ਬਾਰ ਸਾਲ ਦਿਨ ਪਟਾਕੇ ਲੈ ਕੇ ਜਾਂਗੀ ਚੰਗਾ ਠੀਕ ਆਹੋ ਨਾ ਤਨ ਬਦਗਾ ਸਵਾ ਮਠਿਆਈ ਲੈ ਕੇ ਦੂੰਗੀ ਪੂਰਾ ਸੋਹਣਾ ਬਣਾ ਕੇ ਡੱਬਾ ਹੋਣਾ ਤੜਕੇ ਨਾ ਛਾਲੀਆਂ ਕੁੜੀਆਂ ਕੋਕਰੇ ਲੈ ਕੇ ਨਾ ਤੜਕੇ ਲੈ ਕੇ ਜਾਊਂਗਾ ਔਰ ਕੋਕਰੇ ਲੈ ਕੇ ਜਾਵੇਂਗਾ ਚਲ ਕੋਈ ਨਹੀਂ ਦੇ ਦੂੰਗੀ ਤੜਕੇ ਜੇ ਸਕੂਲ ਜਾਣ ਲੱਗੇ ਨਾ 10 ਰੁਪਏ ਲੈ ਜੀ ਚੰਗਾ ਹੁਣ ਮੇਰੇ ਹੁਣ ਤਾਂ ਹੈ ਹੀ ਨਹੀਂ ਪਤਾ ਮੇਰੇ ਕੋਲ ਫਿਰ ਤਾ ਕੇ ਕਿੱਥੋਂ ਆਣਗੇ ਤੜਕੇ ਮੈਂ ਦੇ ਦੂੰਗੀ ਵੇਖ ਲੂੰਗੀ ਮਾਂ ਦੀ ਜੇਬ ਜੂ ਪਰੋਲ ਨੂੰ ਕੋਈ ਚੰਗਾ ਪਰੋਲਾ ਹੁਣ ਨਹੀਂ ਪਤਾ ਹੁਣ ਤਾਂ ਕਵੇਲਾ ਹੋਇਆ ਪਿਆਗਾ ਆਹ ਉਹ ਫੇਰ ਦੇ ਉਹ ਮੇਚੇ ਤੜਕੇ ਠੀਕ ਆਓ ਨਰਮ ਦੇ ਪਾ ਹਾਂ ਬੇਬੇ ਉਹ ਤੂਰਾ ਚੱਕ ਲਿਆ ਸਬਜੀ ਉਹਰੇ ਬਣਾਵਾਂਗੇ ਆਪਾਂ ਓਹੋ ਬੇਬੇ ਫੁਣ ਤੋ ਚੁੱਲੇ ਤੇ ਕਾ ਨੂੰ ਪੰਗਾ ਲੈ ਲਿਆ ਮੈਂ ਤਾਂ ਗੈਸ ਤੇ ਤੜਕਾ ਪੁੰਨੀ ਆਨੀ ਆ ਮੈਂ ਤਾਂ ਨਹੀਂ ਸਿੱਥੇ ਬਣਾ ਲੈਂਦੇ ਮੈਂ ਆਪਾਂ ਸਿਲੰਡਰ ਕਿਹੜਾ ਪੁੱਤਾ ਹੋਆਗਾ 1100 ਦਾ ਪਰ ਦਾ 1200 ਦਾ ਬੇਬੇ ਕੋਈ ਨਾ ਤੂੰ ਇੰਨਾ ਸਰਫਾ ਵੀ ਨਾ ਕਰਿਆ ਕਰ ਕਿ ਉਹ ਹਰ ਇੱਕ ਗੱਲ ਤੇ ਬਸ ਕੰਜੂਸੀ ਵਰਤੀ ਜਾਂਦੀ ਹੈਗੀ ਕੰਜੂਸੀ ਕੀ ਬਤ ਤੈਨੂੰ ਪਤਾਗਾ ਹਜੇ ਕੁਝ ਉਹਨਾਂ ਨੇ ਵੱਡਿਆ ਚੱਪਾਂ ਨੇ ਵੱਡਿਆ ਕੋਈ ਨਰ ਮੇਰੀ ਫੁੱਟੀ ਹੋਈ ਸੀ ਹੋਣੀ ਵੇਚੀ ਹੋਈ ਉਹੋ ਬੇਬੇ ਫਿਰ ਅੱਜ ਕਵੇੜਾ ਹੋਇਆ ਪਿਆ ਸੀ ਹੁਣ ਇੱਕ ਦਿਨ ਨਾਲ ਕੀ ਹੁੰਦਾ ਤੇ ਰੋਟੀ ਬਣਾ ਲਾਂਗੇ ਚੁੱਲ੍ਹੇ ਤੇ ਆਪਾਂ ਸਬਜ਼ੀ ਤਾਂ ਮੈਨੂੰ ਗੈਸ ਤੇ ਬਣਾ ਲਾਂਦੇ ਚਲ ਦੇਖ ਲਓ ਤੇਰੀ ਮਰਜ਼ੀ ਹੈ ਭਾਈ ਉਹ ਨਾਲੇ ਕੁੜੀ ਹਟਾ ਲਾ ਪੈਸੇ ਦਿੱਤੇ ਨੇ ਉਹਨੂੰ ਪਟਾਕੇ ਫੋੜੀ ਜਾਂਦੀ ਹੈ ਚਲ ਕੋਈ ਨਹੀਂ ਮੇਰੇ ਕੋਲ 10 ਰੁਪਏ ਸੀਗੇ ਮੋਂ ਦੇ ਤੋ ਬਾਹਰ ਮੰਗਰਾ ਜਾ ਕਰੀ ਜਾਂਦੀ ਸੀ ਮੇਰਾ ਬੇਬੇ ਦੇ ਦੇ ਬੇਬੇ ਦੇ ਦੇ ਅੱਛਾ ਚਾ ਬੇਬੇ ਅਮੀਨਾ ਜਵਾਖਾਂ ਨੂੰ ਸੁਭਾਅ ਪਾ ਮਾੜਾ ਹੁੰਦਾਗਾ ਚਲ ਕੋਈ ਨੂ ਪੁੱਤੋਂ ਬਾਹਰ ਲਿਟਣ ਜੇ ਲੱਗੀ ਮੇਰੇ ਕੋਲ ਚ ਅੱਛਾ ਹੋਰ ਤੇ ਚਲੋ ਠੀਕ ਆ ਬੇਬੇ ਫਿਰ ਮੈਨੂੰ ਤੜਕਾ ਨਾ ਮੱਚ ਜੇ ਹੁਣ ਤੂੰ ਅੱਗਾ ਮਚਾ ਲਈ ਮਾ ਮਾ ਅੱਗ ਮਚਾ ਲਈ ਸੀਗੀ ਮਾ ਸਲੈਂਡਰ ਮੁਕਣ ਵਾਲਾ ਹੀ ਹੋਇਆ ਪਿਆਗਾ ਚਲ ਚਲ ਫਿਰ ਹੁਣ ਮੈਂ ਤੜਕਾ ਲਾਇਆ ਤਾਂ ਚੁੱਲੇ ਤੇ ਐ ਕਰ ਬਜਾ ਦੇ ਫਿਰ ਰੋਟੀ ਬਲੇ ਮਚਾ ਲਾਂਗੇ ਚਲ ਚੰਗਾ ਫਿਰ ਬਜਾ ਦਿੰਨੀ ਹੈ ਭਾਈ ਨਾ ਹੀ ਨਹੀਂ ਆਖੇ ਲੱਗਦੀਗੀ ਆਪਦਾਂ ਹੀ ਪਕਾਉਂਦੀ ਹੈਗੀ ਜਿੱਥੇ ਕਿੱਥੇ ਆਖੂਗੀ ਮੇਰੀ ਪੂਦੀ ਹੈਗੀ ਤੇ ਐਵੇਂ ਬਹੂ ਵਾਸਾ ਖੈਂਗੇ ਨਾ ਹੋਈ ਹੈਗੀ ਪਰ ਹੁਣ ਅੱਗ ਮਚਾਈ ਬੈਠੀ ਸੀ ਮੱਥਾ ਮਾਰ ਕੇ ਮੱਗੀ ਨਹੀਂ ਪਈ ਹੈ ਕਿ ਡੱਬੀ ਨਹੀਂ ਮੱਥਾ ਮਾਰ ਕੇ ਮੱਗ ਅੱਗ ਮਚਾਈ ਸੀ ਇਹਨਾਂ ਡੱਬੀ ਦੇ ਦੇ ਹੈ ਨਹੀਂ ਪੁੱਤ ਡੱਬੀ ਉਹ ਤੇਰੀ ਮਾਂ ਲੜਕੇ ਗਈ ਆ ਮੈਨੂੰ ਕਹਿੰਦੀ ਪਟਾਕੇ ਲੈ ਕੇ ਦੇ ਤੇ ਉਹਨੂੰ ਕੁਝ ਨਹੀਂ ਹੁੰਦਾ ਹੋਰ ਕੀ ਚਾਉੜ ਜੀ ਨਾ ਕਰਬਾਰੀ ਨਹੀਂ ਗੱਲਾਂ ਨਾ ਮਸਾ ਅੱਗ ਮਚਾਈ ਸੀਗੀ ਮੱਥਾ ਮਾਰ ਕੇ ਕਾ ਨੂੰ ਆਖੇ ਲੱਗ ਜਾਗਾ ਅੱਜ ਕੱਲ ਆਪ ਨਹੀਂ ਪਗਾਉਂਦੇਗਾ ਬੈਣੀ ਆ ਮੈਂ ਤਾਂ ਬੈਨਾਂ ਹੋਰ ਪਾਲੀ ਵੀ ਨਹੀਂ ਹਜੇ ਆਇਆਗਾ 바ਵਾ ਕਵੇਲਾ ਜਾ ਹੋ ਗਿਆ ਦੇਖੀ ਜਾਨੀ ਬੈਠੀ ਉਹਦੇ ਬੰਨੀ ਹੋਈ ਸੱਸਰੀ ਘਰ ਬੇਬੇ ਸੱਸਰੀ ਘਰ ਪਾਈ ਹੋਰ ਕਿਵੇਂ ਠੀਕ ਆ ਹਾਂ ਬੇਬੇ ਵਧੀਆ ਤੂੰ ਦੱਸ ਠੀਕ ਆ ਕਿਵੇਂ ਆਈ ਸੀ ਪੁੱਤ ਤੂੰ ਆਇਸ ਵੇਲੇ ਮੈਂ ਤਾਂ ਕੱਪੜੇ ਨਹੀਂ ਲੈਣਾ ਸੀ ਬੇਬੇ ਕੱਪੜੇ ਦੇਖਿਆ ਹੁੰਦੀ ਅੱਛਾ ਕੱਪੜੇ ਕਿਹਦੇ ਮੇਰੀ ਆਂਟੀ ਦੇ ਸਰਗੀ ਲੈ ਕੇ ਆਣੀ ਆ ਅੱਜ ਅੱਛਾ ਕੱਲ੍ਹ ਆਂਟੀ ਦੀ ਸਰਗੀ ਲੈ ਕੇ ਜਾਣੀ ਆ ਹਾਂ ਕੱਲ ਨੂੰ ਸਰਗੀ ਲੈ ਕੇ ਜਾਣੀ ਆ ਅੱਜ ਕੱਪੜੇ ਦਿਖਾ ਦੇਵੀ ਸਾਰਿਆਂ ਨੂੰ ਠੀਕ ਆ ਫਿਰ ਤੇ ਦਾਦੀ ਨਹੀਂ ਆਈ ਉਹ ਦਾਦੀ ਨੇ ਤਾਂ ਤੋਹੇਂ ਕਿੰਨੇ ਦਿਨ ਸੀ ਬਰਾਜੋ ਹੋ ਕੰਮਾਂ ਚ ਰੁੱਝੀ ਹੋਈ ਸੀ ਨਾ ਠੀਕ ਆ ਹੱਕ ਵੀ ਤੁਰੇ ਕਰਦੀ ਚਾਲ ਤਿਆਰੀ ਕਰਦੀ ਹੈ ਨਾ ਹਾਂ ਹੁਣ ਉਹ ਤਲਵੰਡੀ ਗਈ ਹੋਈ ਆ ਅੱਛਾ ਕੀ ਕੁਝ ਬਣਾ ਲੈ ਫਿਰ ਤੇ ਦਾਦੀ ਨੇ ਕੀ ਕੁਝ ਲਈ ਹੋ ਮੇਰੀ ਦਾਦੀ ਸਾਰੇ ਮੇਰੀ ਆਂਟੀ ਦੇ ਭੈਣਾਂ ਦੇ ਭਾਬੀਆਂ ਦੇ ਉਹਨਾਂ ਦੇ ਸਾਰੇ ਪਰਿਵਾਰ ਦੇ ਕੱਪੜੇ ਲਈ ਅੱਛਾ ਹਾਂ ਸੈਟ ਬਣਵਾ ਤੇ ਦੋ अच्छा, अच्छा। हां शाम मां ਛੱਲੇ ਵੈਸੇ ਜਾ ਕੁਛ اچھا ਫਿਰ ਤਾਂ 바ਵਾ پیسے ਲੱਗੇ ਹੋਣੇ ਤੁਹਾਡੇ ਹਨਾ हां 바ਵਾ ਲੱਗੇ ਵੈਸੇ ਤਾਂ ਸਾਡੇ ਲਾ ਚਲ ਚੰਗਾ ਭਾਈ ਚਲ ਕੋਈ ਨਹੀਂ ਦੇਖਾਂਗੀ ਮੈਂ हां ਦੇਖਾਂ ਹੀ ਕੱਲ ਨੂੰ ਫਿਰ ਅਸੀਂ ਬੋਹਰ ਜਾਣਾ ਸੁਨੇਹਾ ਜਾਵਾਂਗੇ ਨਾ ਫਿਰ ਥੋੜਾ ਜਿਹਾ ਨਾ ਕੋਈ ਨਹੀਂ ਦੇਖਾਂਗੀ ਮੈਂ ਚੰਗਾ ਉਹ ਫਲ ਫਰੂਟ ਲੈਣ ਗਈ ਆ اچھا ਫਲ ਫਰੂਟ ਵੀ ਲੈ ਕੇ ਜਾਉਂਗੇ ਹੂੰ ਠੀਕ ਆ ਇਹ ਤਾਂ ਵੱਡੀ ਸੇ ਟੋਕਰੀ ਜੀ ਲੈ ਆਉਗੀ ਬਣਵਾ ਕੇ हां ਮੇਰੇ ਕੱਪੜੇ ਦਾ ਸਮਾਨ ਵੀ ਰਹਿੰਦਾ ਸੀ ਉਹ ਕੀਤਾ ਹੋਇਆ ਸੀ ਜਨਾ ਠੀਕ ਆ ਹਾਂ ਚੱਲ ਭਾਈ ਵਧਗਾਗਾ ਚੱਲ ਜਾ ਆਉਗੀ ਹੈਨਾ ਹੂੰ ਚੱਲ ਕੋਈ ਨੂ ਪੁੱਤ ਦੇਖ ਆਉਂਗੀ ਮੈਂ ਚੱਲ ਆ ਹੁਣੀ ਆ ਜੀ ਐਵੇਂ ਖਰਚੇ ਵਧਾਉਣਾਗੇ ਹੈਨਾ ਉਹ ਨਾ ਫਿਰ ਉਹ ਲੈ ਕੇ ਤਾਂ ਜਾਣੀ ਸੀ ਬੇਬੇ ਅੱਛਾ ਚੱਰ ਚੰਗਾ ਭਾਈ ਆ ਜੂਗੀ ਚੰਗਾ ਆ ਜੀ ਬੇਬੇ ਮਨ 2 ਕਿਲੋ ਮੜਾ ਦੇ ਕਿ ਤੇ ਚੱਕਦੇ ਹੋ ਚੰਗਾ ਆਹੋ ਲਓ ਬਹੁਤ ਦੂਦੇ ਖਰਚੇ ਕਰੀ ਜਾਂਦੇ ਗਾਉਂ ਫੋਨ ਡਗਾ ਬਣਗਾਗਾ ਫੋਨ ਡਗਾਗਾ ਨਹੀਂ ਮਨਦੀਪ ਮਨਦੀਪ ਹਾਂ ਬੇਬੇ ਕੀ ਹੋਰ ਗਿਆ ਉਰੇ ਆ ਪੁੱਤ ਉਰੇ ਆ ਤੈਨ ਮੈਂ ਕਿਉਂ ਨਵੀਂ ਗੱਲ ਦੱਸਾਂ ਨਹੀਂ ਕੀ ਹੋ ਗਿਆ ਬੇਬੇ ਨਵੀਂ ਗੱਲ ਨਵੀਂ ਗੱਲ ਮੈਂ ਤੈਨੂੰ ਆਂ ਦੱਸਦੀ ਆ ਮੈਂ ਕਹਣਾ ਹੋ ਚਾਰ ਨੋਜ ਪੋਤੀ ਆਪਾਂ ਨੂੰ ਕੱਪੜਿਆਂ ਨੂੰ ਕਹਿ ਕੇ ਗਈਏਗੀ ਅੱਛਾ ਕਿੰਨਾਂ ਦੇ ਕਾਦੇ ਕੱਪੜੇ ਆ ਕਹਿੰਦੀ ਮੇਰੀ ਐਂਟੀ ਦੀ ਸਰਗੀ ਲੈ ਕੇ ਜਾਣੀ ਆ ਅੱਛਾ ਅੱਛਾ ਹਾਂ ਸੱਚ ਉਹਦੀ ਉਹ ਹਰਾਲੀ ਬਹੂ ਦੇ ਪਹਿਲਾ ਵਾਰ ਤਾਂ ਐਤ ਕੀ ਹਾਂ ਉਹ ਆਈ ਸੀਗੀ ਕਹਿੰਦੀ ਕਿ ਬੇਬੇ ਕਿ ਸਾਡੇ ਕੱਪੜੇ ਦੇਖ ਤੇ ਮੈਂ ਆਖ ਭਾਈ ਦੇਖਉਣੀ ਉਹ ਤਾਂ ਬਾਵਾ ਕੁਛ ਦੱਸ ਕੇ ਗਈ ਉਹ ਇਹਨੂੰ ਅੱਛਾ ਹੋਰ ਕਹਿੰਦੀ ਨਾਲ ਤਾਂ ਸੱਟਾ ਕਰਾਇਆ ਨਾ ਸ਼ਾਪਾਂ ਥੱਲੇ ਉਹ ਤਾਂ ਤੈਨੂੰ ਜਾ ਕੇ ਪਤਾ ਲੱਗੂ ਜਾਂ ਫਿਰ ਦੇਖਿਆ ਕਿ ਵੇਲਾ ਕਾ ਤੋਂ ਕਰਦੀ ਆ ਨਾ ਹੁਣ ਕਹਿਣ ਦਾ ਵੇਲਾ ਸੀ ਨਾ ਨਾ ਉਹ ਟਾਈਮ ਨਾ ਉਹ ਟਾਈਮ ਨਾ ਦਾਲ ਪਾਣੀ ਦਾ ਟਾਈਮ ਆਲੇ ਹੁਣ ਕੰਡੇ ਉੱਤੋਂ ਦੀ ਕਿਹੜੀ ਛਣ ਆ ਗਵਾ ਆ ਇੰਨਾ ਬੇਬੇ ਨਾ ਆਪਣਾ ਆਇਆ ਗਿਆ ਚਰਨੋਂ ਤੋਂ ਆਖਿਆ ਸੀ ਕਿ ਮੈਂ ਤੇਰੀ ਦਾਦੀ ਨਹੀਂ ਆਈਗੀ ਕਹਿੰਦੀ ਮੇਰੀ ਦਾਦੀ ਤਾਂ ਥੱਕੀ ਪਈ ਆਗੀ ਅੱਧੇ ਕੋ ਸਮਾਨ ਲੈਣ ਗਏ ਆ ਕਹਿੰਦੀ ਕਿ ਉਹ ਫਲ ਫਲੂਟ ਜਿਆ ਲੈਣ ਗਏ ਆਗੇ ਬਾਕੀ ਕਹਿੰਦੀ ਹੋਰ ਨਿੱਕਾ ਮੋਟਾ ਜਿਆ ਬੀਐਨਟੀ ਦਾ ਸਮਾਨ ਲੈਣ ਗਏ ਆ ਫੁਕਰੀਆਂ ਵਾਲੀਆਂ ਨੇ ਬੇਬੇ ਵਾਲੀਆਂ ਫੁਕਰੀਆਂ ਮੈਂ ਤਾਂ ਪਹਿਲਾਂ ਕਹਿੰਦੀ ਸੀ ਮਾ ਘਾ ਕੁੜੀਆਂ ਕੇ ਬਿਆਈਆਂ ਫਰਦੀਆਂ ਨੇ ਕੱਲ ਦੀਆਂ ਇਹਨਾਂ ਦੀਆਂ ਦੋਨੇ ਕੁੜੀਆਂ ਆਂ ਨਾ ਫਰਦੀਆਂ ਸੀ ਅੱਛਾ ਹਾਂ ਤੇ ਜਵਾਖ ਜੇ ਫਰਦੇ ਸੀ ਨਾਲੇ ਇਹ ਤਾਂ ਬਾਵਾ ਕੁਛ ਲੈ ਕੇ ਜਾਣਗੇ ਚਲਾਂ ਇਹ ਕਰ ਬੇਬੇ ਜਾ ਤੂੰ ਦੇਖ ਕੇ ਆ ਤੇ ਫਿਰ ਮੈਨੂੰ ਦੱਸੀ ਆ ਕੇ ਵੀ ਕੀ ਕੁ ਮੈਂ ਫਿਰ ਕਿ ਨੀ ਲਿਆ ਦੇ ਦੁੱਜੀ ਤੇ ਚੁੰਨੀ ਨੂੰ ਕੀ ਆ ਹੁਣ ਆਥਨ ਤਾਂ ਹੋਇਆ ਪਿਆ ਹੀ ਲੈ ਜਾ ਤੋਤੀ ਹੋਈ ਤਾਂ ਲੈਤੀ ਅੱਜ ਚਲੂੰ ਤਾਂ ਹਣਾ ਮਾਈ ਜੀ ਦਾ ਪਤਾ ਨਹੀਂ ਲੱਗਦਾ ਇਹ ਤਾਂ ਹਾਂ ਚਲ ਜੇ ਮੈਨੂੰ ਕਹਿ ਜਾਂਦੀ ਮੈਂ ਬਗ ਜਾਂਦੀ ਹੋਰ ਤੂੰ ਬਗ ਚੱਲਦੀ ਮੇਰੇ ਨਾਲ ਹੁਣ ਮੈਂ ਤੇਰੇ ਨਾਲ ਕਹਾਂ ਜਮਾ ਜਦੋਂ ਮੈਨੂੰ ਕੜਾ ਕਹਿ ਕੇ ਗਈ ਅਗਲੀ ਤੈਨੂੰ ਕਹਿ ਕੇ ਗਈ ਆ ਜਾ ਤੂੰ ਦੇਖਿਆ ਉਹ ਪਰ ਰੋਟੀ ਟੁੱਕ ਦਾ ਟਾਈਮ ਆਗਾ ਹਨਾ ਹੋਰ ਬੰਦੇ ਉਤੋਂ ਦੀ ਕਿਹੜੀ ਸੁਣੈ ਇਹਨਾਂ ਦਾ ਮੈਂ ਤਾਂ ਨਾਲੇ ਉਧਰ ਧਾਰਾਂ ਧੂੜਾ ਕੱਢ ਕੇ ਲੈਉਣੀਆਂ ਤੇ ਨਾਲੇ ਆਟਾ ਗੁੰਦੀ ਹੈਗੀ ਚੱਲ ਫਿਰ ਕਰ ਲੈ ਤੂੰ ਕੰਮ ਜੇ ਤੂੰ ਜਾਇਆ ਆਇ ਕਰੀ ਛੇਤੀ ਮੁੜ ਐ ਕਿ ਤੇ ਉੱਥੇ ਬੈਠੀ ਰਹੇਂ ਨਾ ਕੋਈ ਨਹੀਂ ਆਇਆ ਤਾਂ ਫਿਰ ਮੈਂ ਸਾਰਾ ਪਤਾ ਲੈ ਕੇ ਆਉਂਗੀ ਜਦ ਲੈ ਆਈ ਪਤਾ ਹੋ ਚੰਗਾ ਫਿਰ ਚੰਗਣੀ ਹੈਗੀ ਵੇਖ ਕੇ ਆਉਣੀ ਉਹਨਾਂ ਦਾ ਲੀਡਾ ਟੱਕੀ ਵੀ ਕਿਵੇਂ ਕੁਛ ਕਰੀ ਬੈਠਾ ਆ ਦੇਖ ਲੈ ਧਾਰ ਕੱਢਣ ਜਾਣਾ ਸੀ ਅੱਧੀ ਰਾਤ ਹੋਈ ਪਈ ਆ ਬਾਲਟੀ ਚ ਪਾਣੀ ਪਾ ਕੇ ਇੱਥੇ ਉਹ ਮੇਰੀ ਗੱਲ ਸੁਣੀ ਹਾਂ ਵੇ ਬਿੰਦੀਂ ਦੀ ਨੀ ਵਾ ਉਹ ਬੇਬੇ ਤਾਂ ਚਰਨੋ ਤਾਈ ਕੇ ਗਈ ਆਗੀ ਚਰਨੋ ਤਾਈ ਕੇ ਹਾਂ ਐਸ ਵੇਲੇ ਤਾਈ ਕੇ ਕੀ ਲੈਣ ਵਾਗੀ ਐਸ ਵੇਲੇ ਤਾਈ ਕੇ ਉਹ ਬੋਹਰ ਵਾਲਾ ਉਹਨਾਂ ਦੇ ਮੁੰਡਾ ਨਹੀਂ ਵਿਆਹ ਸੀ ਜਿਹੜਾ ਬੋਹਰ ਛੋਟਾ ਹਾਂ ਹਾਂ ਉਹਦੀ ਬਹੂ ਦੀ ਸਰਗੀ ਲੈ ਕੇ ਜਾਣੀ ਆ ਤੜਕੇ ਅੱਛਾ ਅੱਛਾ ਹਾਂ ਤੇ ਉਹ ਕਹਿੰਦੇ ਉਹ ਤਾਈ ਦੀ ਪੋਤੀ ਆਈ ਸੀ ਮਨਜੋ ਤਾਂ ਕਹਿਣਾ ਤੇ ਵੀ ਕੱਪੜਾ ਲੀੜਾ ਦੇਖ ਜੋ ਉਹ ਦੇਖਣ ਗਈ ਆ ਤੇ ਤੂੰ ਨਹੀਂ ਗਈ ਫਿਰ ਮੈਨੂੰ ਕਹੜਾ ਕਹਿ ਕੇ ਗਿਆ ਕੋਈ ਤਾਈ ਆਪ ਤਾਈ ਨਹੀਂ ਘਰ ਤੱਕ ਅੱਛਾ ਤਾਈ ਆਪ ਆਈ ਹੋਰ ਹੁਣ ਨਾਲੇ ਅੱਧੀ ਰਾਤ ਕੜਾ ਵੇਲਾ ਕਾ ਤਰਪਤਾ ਹੁਣ ਮੈਂ ਤਾਂ ਤਾਰ ਕੱਢਣ ਜਾਂਦੀ ਸੀ ਜੀ ਚੱਲ ਫਿਰ ਐ ਕਰ ਹੂੰ ਚਲ ਜੇ ਤਾਰ ਦੂਰ ਧਰਨੀ ਦਾ ਤਾਰ ਤਾਂ ਮੈਂ ਕੱਢ ਲਿਆਣਾ ਨਾ ਚਲੋ ਮੈਂ ਕੱਢ ਲਿਉਣੀ ਆ ਦਾਲ ਤਾਂ ਬਣ ਗਈ ਠੀਕ ਆ ਆ ਬੇਬੇ ਵੀ ਆਉਣ ਆਈ ਆ ਹੁਣ ਆ ਜੂ ਚਲ ਕੋਈ ਨਹੀਂ ਫਿਰ ਮੈਂ ਬਾਰਬੂਲ ਡਾਉਣਾ ਨਾਲੇ ਦੇਖਦਾ ਬੇਬੇ ਨੂੰ ਤੇ ਤੂੰ ਕੱਢ ਲੈ ਤਾਰ ਜੇ ਨਹੀਂ ਟਾਈਮ ਆਏਗਾ ਤਾਂ ਮੈਂ ਕੱਢ ਲਿਆਣਾ ਮੈਂ ਚਲ ਮੈਂ ਜਾਣੀ ਆ ਤਾਰ ਕੱਢ ਲੈ ਫਿਰ ਚੰਗਾ ਚੰਗਾ ਲੋ ਈ ਮਗਨ ਨਾਲ ਤਾਂ ਲੀੜਾ ਕੱਪੜਾ ਦੇਖ ਕੇ ਗੰਗਾ ਅਗਲੀਆਂ ਤੇ ਨਾਲੇ ਅਗਲੀਆਂ ਗੱਲਾਂ ਬਾਤਾਂ ਕਰਕੇ ਗੰਗਾ ਆਖ ਲੈ ਹੁਣ ਇੰਨਾ ਖਰਚਾ ਕਰਤਾ ਗਹਾਨੀ ਸੋਚਣਾ ਹੁੰਦਾ ਕਰਦੇ ਜਵਾਖੋ ਜਾਲੇ ਬਾਰੇ ਉਹ ਦੁਨਗਵਾ ਬਸੱਖੇ ਕਹਿੰਦੇ ਰਿਸੋਰੀ ਸ੍ਰੀਸੋਰੀ ਸੱ ਲੱਗੇ ਪਏ ਆਗੇ ਦੁਨਗਾਲੀ ਜਮੇ ਕਮਾਲ ਹੀ ਹੋਈ ਪਈ ਆ ਭਾਈ ਇੰਨਾ ਖਰਚਾ ਥੋੜਾ ਹੁੰਦਾ ਲ ਮੰਗਿਆ ਹੀ ਕਿੰਨੀ ਆ ਗਈ ਕਿਧਰ ਸੈਟ ਲਈ ਬੈਠਾਂਗਾ ਕਿਧਰ ਸ਼ੈਂਪਾਂ ਲਈ ਬੈਠਾਂਗਾ ਕਿਧਰ ਭੂਆ ਫੁੱਫੂਆਂ ਦੇ ਲੀੜੇ ਬਾਗਰੂ ਬਾਗਰੂ ਇੰਨਾ ਖਰਚਾ ਨਾ ਭਾਈ ਇਹ ਤਾਂ ਗੱਲ ਤਾਂ ਨਜਾਇਜ਼ ਵਾਲੀ ਗੱਲ ਆ ਗਈ ਉਹ ਫੁਕਰੀ ਵਾਲੀ ਆ ਗਈ ਦੇਸਾਂ ਦਾ ਇਕੱਠਾ ਕਰੀ ਬੈਠੀ ਆ ਲੈ ਐਵੇਂ ਅਗਲਾ ਹੋ ਘਰ ਦੰਦ ਨੀ ਖਰਚੇ ਬਦਾਈ ਜਾਂਦਾ ਕੀ ਕਰੀ ਜਾਨੀ ਮੁੰਦੀਪ ਨਹੀਂ ਬੇਬੇ ਪਹਿਲਾਂ ਤਾਂ ਹੁਣ ਰੋਟੀ ਬਣਾ ਕੇ ਹਟੀਆਂ ਤੂੰ ਤਾਂ ਅੱਧੀ ਰਾਤ ਕੱਟਿਆ ਕਰਿਆਈ ਨਾਲੇ ਫਿਰ ਧਾਰ ਕੱਢ ਕੇ ਹਟੀਆਂ ਹੁਣ ਆ ਮੰਜਾ ਡਾਉਂਦੀ ਸੀ ਤੇਰਾ ਉਹ ਤਾਂ ਅੱਧਾ ਪਿੰਡ ਇਕੱਠਾ ਕਰੀ ਖੜਗਾ ਸਲੀਡੇ ਟਾਕੀ ਨੂੰ ਅੱਛਾ ਹੋਰ ਤੈਨੂੰ ਪਤਾ ਫਿਰ ਮੜ ਮੋਟਾ ਗੱਲਾਂ ਬਾਤਾਂ ਕਰਦੀ ਨੂੰ ਆ ਟਾਈਮ ਹੋ ਗਿਆ ਮੈਂ ਸਿੱਖਵਾਇਆ ਸੀ ਤੈਨੂੰ ਉਸ ਨਹੀਂ ਖਵਾਇਆ ਪੁੱਤੋਂ ਉਹਨਾਂ ਨੇ ਆ ਜਾ ਬੈਹ ਜਾ ਬੈ ਕੇ ਨਾਲੇ ਨਾਲੇ ਸਾਰੀ ਨਹੀਂ ਮੈਂ ਖਾ ਤਰੇਲ ਪਾਉਂਗੀ ਬਾਹਰੇ ਮੰਜੇ ਤੇ ਚੱਲ ਇੱਥੇ ਅੰਦਰ ਡਾੜਾ ਨਹੀਂ ਆ ਇਹ ਤਾਂ ਠੀਕ ਆ ਕੀ ਕੁਸ ਕਰਿਆ ਫਿਰ ਉਨਰ ਤਾਂ ਬੜਾ ਹੀ ਲੀੜਾ ਕਪੜਾ ਤੇ ਬੜਾ ਵੱਡੇ ਚੱਕ ਚੱਕਿਆ ਭਾਈ ਉਹਨਾਂ ਨੇ ਤਾਂ ਅੱਛਾ ਤੇ ਹੋਰ ਹੁਣ ਦੋ ਕਿੱਲਾਂ ਨੂੰ ਠੋਕਰ ਮਾਰ ਦੇਣਗੇ ਮਾਰ ਦੇਣਗੇ ਭਾਈ ਫਿਰ ਹੁਣ ਜਦੋਂ ਅੱਡੀਆਂ ਚੱਕ ਕੇ ਫਾਹਾ ਲੈਂਦੇ ਨੇ ਤੇ ਹੋਰ ਅੱਡੀਆਂ ਚੱਕਣ ਵਾਲਾ ਕੰਮ ਹੀ ਆ ਭਾਈ ਉਹਨਾਂ ਨੇ ਤਾਂ ਬੇਬੇ ਤੀਵੀਆਂ ਉਹ ਕਰਦੀਆਂ ਹੁਣ ਨਰਦੀਵਾਂ ਲੀੜੇ ਦੇਖਣ ਤੇ ਨਾਲੇ ਬੜੀ ਗੱਲਾਂ ਬਾਤਾਂ ਕਰਨ ਇਹਨਾਂ ਨੂੰ ਅੱਛਾ ਹੋਰ ਕਹਿੰਦੇ ਕਿ ਹੁਣ ਦੋ ਕਿੱਲਾਂ ਨੂੰ ਮਾਰ ਦੇਣਗੇ ਬੇਬੇ ਇਹ ਜਾਂ ਫਿਰ ਹੁਣ ਐ ਕਹਿ ਦਾਂਦੇ ਨੇ ਲੋਕ ਵੀ ਆਹ ਕਰਜ਼ਾ ਚੜ ਗਿਆ ਜਾਂ ਫਲਾਨਾ ਹੋ ਗਿਆ ਜਾਂ ਤੀਕੜਾ ਹੋ ਗਿਆ ਮੇਰੀ ਗੱਲ ਸੁਣੋ ਫਿਰ ਹੁਣ ਮਰਨਾ ਤਾਂ ਹੈਗਾ ਹੀ ਆ ਜਦੋਂ ਹੁਣ ਫਾਹੇ ਤਾਂ ਡੱਡ ਡੱਡ ਲਈ ਜਾਂਦੇ ਨੇ ਤੇ ਫਿਰ ਤਾਂ ਉਹ ਲੜਕਣ ਵਾਝ ਜਾਂਦੇ ਜੀ ਨੂੰ ਫਿਰ ਇੰਨਾ ਹੋ ਹੋ ਜਾਂਦਾਗਾ ਉਹੀ ਤਾਂ ਗੱਲ ਆ ਨਾ ਮੈਂ ਹੋ ਜਾਂਦੀਆਂ ਆ ਹੁਣ ਦੇਖ ਰਹੀਆਂ ਸਰਗੀ ਜੀ ਦੇ ਆਉਣ ਦੇ ਆ ਵੱਡੀ ਬਹੂ ਤਾਂ ਉਹਦੀ ਉਹਦੀ ਚੱਕ ਲੂਗੀ ਆ ਹਾ ਤੁਸਮਾ ਤੂੰ ਦੇਖੇ ਪੈਂਦਾ ਉਹ ਆਹ ਉਹ ਰਾਜ ਕਰਾਉ ਅੱਡ ਹੁਣ ਇਹਨਾਂ ਨੂੰ ਕਹੀ ਜਾਂਦੇ ਸੀ ਸਾਰੀਆਂ ਬੁੜੀਆਂ ਹਾਂ ਵੀ ਹੁਣ ਤਾਂ ਉਹੀ ਗੱਲ ਇੰਨਾ ਚੱਕ ਚੱਕੀ ਖੜੀ ਹੈਗੀ ਇਹ ਵਿਆਜੂ ਸਵਾਏ ਚੱਕ ਚੱਕ ਕੇ ਹਾਰ ਕਰਾਈ ਬੈਠੇ ਛੰਪਾ ਕਰਾਈ ਬਠੀ ਆ ਅੱਛਾ ਲੀੜੇ ਕੱਪੜੇ ਦਾ ਮਾਰੀ ਬੈਠੀ ਸੀਗੀ ਨਾ ਕੀ ਸਰਦਾ ਹੀ ਨਹੀਂ ਨਾਲੇ ਉਹਨਾਂ ਦਾ ਖਰਚਾ ਕਰਾਉਣਗੇ ਨਾਲੇ ਆਪ ਦਾ ਕਰਾਉਣਗੇ ਇਹ ਤਾਂ ਕਰਨੀਗਾ ਤਾਂ ਹੈ ਪਰ ਕਿ ਕਰਨੇ ਬੁਖੁਰ ਨਾ ਬੁਣਨਾਂ ਤੇ ਆਹੀ ਕੰਮ ਹੁੰਦਾ ਜਿਹੜੇ ਅੱਗੇ ਮੂਰੇ ਨਾਲ ਲੱਗਣ ਕਿੱਥੇ ਦੇ ਇਹ ਹਿੰਦਾਂ ਦੀ ਤਾਂ ਕੋਈ ਮੰਨਦੀ ਸੁਣਦੀ ਨਹੀਂ ਉਹ ਬੇਬੇ ਚਲ ਇਹਨਾਂ ਦੇ ਤਾਂ ਹੈਗੇ ਆ ਦੋ ਖਿੱਲੇ ਆ ਜਿਹੜੇ ਗਰੀਬ ਮਾਰਦੇ ਨੇ ਫਾਹਾ ਲੈ ਲੈਣੇ ਚੋਰੀ ਇਹ ਸਾਰੇ ਆਪਣੇ ਬਾਦ ਕੇ ਮਾਦਰ ਮਾਰਦੇ ਆ ਗਰੀਬ ਕਰਦੇ ਆ ਵੀ ਜੇ ਇਹਨਾਂ ਨੇ ਇੰਨਾ ਕਰਿਆ ਸੀ ਦੁੱਗਣਾ ਕਰਾਂਗੇ ਦੁੱਗਣਾ ਕਰਾਂਗੇ ਉਹ ਸਾਰਾ ਕੁਝ ਘਰਬਾਰ ਵੀ ਵੇਚ ਕੇ ਵਹਿ ਜਾਂਦੇ ਨੇ ਫਿਰ ਨਾ ਭਾਈ ਮੈਂ ਤੈਨੂੰ ਇਹ ਗੱਲ ਦੱਸਣੀ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ ਆਪਦਾ ਘਰ ਦੇਖੀ ਜਾ ਹੁੰਦਾ ਵਾ ਹੁਣ ਆਪਾਂ ਇਹਦੀ ਇਹਨਾਂ ਦੀ ਰੀਸ ਨਾ ਕੋਈ ਕੰਮ ਕਰਕੇ ਆਪਣੀਆਂ ਕਾਹਦੀਆਂ ਰੀਸਾਂ ਇਹਨਾਂ ਨੂੰ ਹ ਜੇ ਪੈਸਾ ਹੈ ਗਈ ਸੀ ਤਾਂ ਕਿਸੇ ਗਰੀਬ ਗੁਰਬੇ ਦੀ ਮਦਦ ਕਰਾ ਦਿੰਦੇ ਆ ਵਿਚਾਰ ਕਿਸੇ ਗਰੀਬ ਦੀ ਧੀ ਨੂੰ ਦੇ ਦਿੰਦੇ ਤੁਸੀਂ ਹਾਂ ਕਿਸੇ ਦਾ ਵਿਆਹ ਕਰਾ ਦੰਦੇ ਪੁੱਣ ਦਾ ਕੰਮ ਬਸ ਆ ਦੁਨੀਆਂ ਸੋਚਦੀ ਨਹੀਂ ਨਾ ਵੀ ਚਲ ਕੋਈ ਗਰੀਬਾਂ ਬਾਰੇ ਵੀ ਸੋਚ ਲੈ ਹਨਾ ਉੱਧਰ ਦੇ ਦੇ ਥੋੜੇ ਵਾਲੇ ਪੈਸੇ ਆ ਚੱਲ ਲੰਮਿਸਾ ਲੋਕਾਂ ਤੇ ਇੰਨੀ ਆ ਜਾਂਦੇ ਉਹਨਾਂ ਨੂੰ ਦੇ ਦੇਣ ਦੇ ਦੇ ਦਾਨ ਹਾਂ ਵਿਚਾਰੇ ਜਿਹੜੇ ਲਾਜ ਦੇ ਤੋੜੇ ਬੈਠੇ ਨੇ ਲਾਜ ਦੇ ਤੋੜੇ ਬੈਠੇ ਉਹੀ ਤਾਂ ਗੱਲ ਕਰਦੇ ਆਗੇ ਬੱਸ ਤੁਨੂੰ ਗਾਣੀ ਉਹ ਖਰਚੇ ਵਧਾ ਰੱਖੇ ਇੱਕੋ ਦੂਜੇ ਦੀ ਰੀਸ ਨਾ ਹਨਾ ਵਧਾ ਤਾਂ ਰੱਖੇ ਨੇ ਮੈਂ ਤਾਂ ਐ ਕਹਿਣੀ ਆ ਚਲੋ ਉਹ ਤਾਂ ਜਵਾਕ ਨੇ ਤਾਈ ਨੂੰ ਤਾਂ ਸਮਝ ਆ ਵੀ ਤਾਈ ਕਾ ਤੋ ਇਹ ਜੇ ਬਿੜ ਲਾਉਂਦੀ ਆ ਉਸ ਦੀ ਤਾਂ ਮਾ ਤੇਨੂੰ ਗੱਲ ਮੋੜ ਮੋੜ ਦੱਸੀ ਜਾਂਦੀ ਆ ਵੀ ਫੁਕਰੀ ਵਾਲੀ ਆਹੋ ਨਾ ਫਿਰ ਕੁੜੀਆਂ ਪਰੋਣੇ ਕੁਸ ਕਾ ਇਹਨਾਂ ਨੇ ਕੋਈ ਨਹੀਂ ਕੋਸਾਂਦਾ ਉਹ ਤਾਂ ਸਾਰਿਆਂ ਨੂੰ ਮੂਰੇ ਲਈ ਫਿਰਦੀ ਆ ਅੱਛਾ ਤੇ ਉਹ ਆ ਮੂਰੇ ਲਈ ਫਿਰਦੀ ਆ ਤਾਂ ਸਾਰਿਆਂ ਨੂੰ ਤੜਕੇ ਈ ਧੀ ਦੂਰ ਜਾਊਗੀ ਦੇਖ ਲੈ ਚੱਕ ਕੇ ਸਮਾਨਾਂ ਦੇ ਉਹ ਤੇ ਦੋ ਤਿੰਨ ਗੱਡਾਂ ਕਰਾਂਗਾ ਬੂ ਮਾੜੇ ਘਰ ਦਾ ਤਾਂ ਵਿਆਹ ਹੋ ਗਿਆ ਤੇ ਹੋਰ ਤਿੰਨ ਗੱਡੀਆਂ ਕਰਾਂਗਾ ਤੇ ਤਿੰਨ ਗੱਡੀਆਂ ਚ ਵੀ ਫਿਰ ਪਤੈ ਨੂੰ ਪਤਾ ਕੋਈ 50 60 ਬੰਦਿਆਂ ਦਾ ਹੋ ਗਿਆ ਕੰਮ ਨਾਲੇ ਵਿਚਾਰੇ ਉਹ ਕੁੜੀ ਦੇ ਪਿਓ ਨੂੰ ਫਾਹੇ ਟੰਗੂਗੇ ਉਹਨੂੰ ਤਾਂ ਟੰਗੂਗੇ ਵਿਚਾਰੇ ਗਰੀਬ ਉਹਨਾਂ ਦਾ ਤਾਂ ਆਪ ਵੇ ਬੇ ਉਹਨੇ ਹੀ ਖਰਚਾ ਹੋ ਜਾਊਗਾ ਉਹ ਵੀ ਵਿਚਾਰਾ ਗਰੀਬ ਆਗਾ ਹੁਣ ਆਪਾਂ ਨੂੰ ਪਤਾ ਹੀ ਨਹੀਂ ਕਿੰਨੇ ਕਿ ਤਕੜੇ ਆ ਗਏ ਉਹ ਤੂੰ ਤਾਂ ਹਾਂ ਤਕੜੇ ਤਾਂ ਨਹੀਂ ਹੈਗੇ ਫਿਰ ਉਹ ਤਾਂ ਪਤੀ ਆ ਹੁਣ ਗਰੀਬ ਮਾਰ ਕਰਨ ਵਾਲੀ ਜਾਂਦਾ ਗਰੀਬ ਮਾਰ ਕਰਨ ਵਾਲੇ ਹੁਣ ਜਦੋਂ ਇਹਨਾਂ ਨੇ ਭਈ ਇੰਨਾ ਚੱਕ ਚੱਕਿਆ ਤੇ ਅਗਲੇ ਨੂੰ ਵੀ ਚੱਕਣਾ ਪਊਗਾ ਅਗਲੇ ਨੇ ਖਬਰ ਕਿਵੇਂ ਉਹੀ ਗੱਲ ਟੁੰਡ ਮੁੰਡ ਕਰੀ ਉਹ ਮੁੰਡ ਹੋਰ ਕਿੰਨਾ ਖਰਚਾ ਹੋ ਜਾਂਦਾਗਾ ਹੋ ਜਾਂਦਾ ਹਾਂ ਬਾਕੀ ਸਰੇ ਇੱਕ ਅੱਧਾ ਕਿਹੜਾ ਆਪਾਂ ਸਬਜ਼ੀ ਬਣਾਉਨੇ ਆ ਤਿੰਨ ਚਾਰ ਸਬਜ਼ੀਆਂ ਬਣਾਉਣਾ ਨਾਲੇ ਦਦੇ ਫੇਰੇ ਵਰਤ ਤਾਂ ਆ ਹੀ ਰਹਿੰਦੇ ਨੇ ਵੀ ਇਹਨਾਂ ਨੂੰ ਆਪਾਂ ਸੌਖੇ ਢੰਗ ਨਾਲ ਵੀ ਮਨਾ ਸਕਦੇ ਆ ਸਧਾਰਨ ਮਨਾ ਲਓ ਵੀ ਵਰਤੇ ਰੱਖਣਾ ਉਹੀ ਤਾਂ ਗੱਲ ਚੱਲ ਸੂਟ ਪਾ ਲਾ ਤੇ ਉਂਭੋ ਕੁ ਦੇ ਕਹੇ ਸ਼ੂਟ ਕਰ ਰਹਿਨੇ ਸੱਚਾ ਬਹੁਜੇ ਪੰਜ ਕਰੀ ਬੈਠੀ ਆ ਹੋਰ ਪੰਜ ਸ਼ੂਟ ਬਹੁਜੇ ਆਗੇ ਤੇ ਉਹਨੂੰ ਪਰ ਜਾਗ ਨਵਲੇ ਆ ਤੇ ਉਹਦੋਂ ਪਾਣਾ ਪੂਣਾ ਦੇ ਨਿੱਕੇ ਮਟਾ ਜਿਹੜਾ ਜਵਾਖ ਜੱਲਾ ਜੀ ਸੀ ਉਹਨਾਂ ਦੇ ਸੀਗੇ ਸੰਤੇ ਹੋਏ ਢੀੜੇ ਅੱਛਾ ਤੇ ਹੋਰ ਦੋ ਚਾਹਲ ਸੀ ਨਾਲ ਅੱਛਾ ਹੋਰ ਬਾਹਰ ਸੋਨੇ ਚਾਹਲ ਸੀਗੇ ਅਸੀਂ ਖੋਲ ਕੇ ਦੇਖੇ ਸੀਗੇ ਫਿਰ ਤਾਂ ਬੇਬੇ ਗਲਤ ਘਰੀ ਗੱਲ ਹੋਰ ਗਲਤ ਤਾਂ ਕਰੀ ਭਾਈ ਉਹਨੇ ਬਾਹਰ ਲੈ ਯਾਰ ਆ ਵੀ ਮਿੱਟੀ ਜਲਾ ਦੇ ਮਾੜੀ ਮਾੜੀ ਪhle ਇੱਥੇ ਆ ਗਿਆ ਸੀ ਤੂੰ ਹੈ ਉਹ ਬੇਬੇ ਮੈਂ ਆਖਾ ਕਹਿ ਰਹੀਆਂ ਇਹ ਕਰ ਲਗੇ ਲੋਟ ਹੌਲੀ ਹੌਲੀ ਚੱਲ ਵਧਗਾ ਭਾਈ ਚੱਲ ਸਬ지 ਸੂਜੀ ਜੀ ਲਾ ਲਾਂਗੇ ਆਪਾਂ ਤਾਂ ਬਾਹਲੇ ਲੇਟ ਹੋ ਗਏ ਇੱਥੇ ਕੀ ਉਹ ਹੋ ਰਾਇ ਤੇ ਕੀ ਕੰਮ ਧੰਦੇ ਚਾਹੇ ਜੇ ਕੰਮ ਧੰਦੇ ਹੋਏ ਤੈਨੂੰ ਪਤਾ ਦੋ ਚਾਰ ਤਾਂ ਮਰਗਾ ਹੋ ਗਈਆਂ ਕਦੇ ਉਧਰ ਭੋਗ ਤੇ ਵਗ ਜਾ ਕਦੇ ਉਸ ਕਰਨ ਵਾਲਾ ਨਹੀਂ ਟਾਈਮ ਹੀ ਨਹੀਂ ਰੱਖਿਆ ਹੋਰ ਕੀ ਆਗਾ ਭਾਈ ਹੋਰ ਮਾ ਉਹ ਤੇਰੇ ਚਾਚੇ ਕੇ ਘਰ ਬੰਨੀ ਬਾਕੀ ਉਧਰ ਆ ਕੇ ਤਾਂ ਬਸ ਮੈਂ ਹੀ ਨੰਗਿਆਈ ਉਧਰ ਗਈ ਸੀਗੀ ਮੈਂ ਗੁਰੂ ਘਰ ਤੇ ਗੁਰੂ ਘਰ ਉਹਨਾਂ ਦੇ ਬਲਾਇਂ ਗੱਡੀਆਂ ਜਿਹਾ ਖੜਨਾ ਸੀ ਚਾਰ ਪੰਜ ਤਾਂ ਉਹਨਾਂ ਨੇ ਕਰਾਇ ਤੇ ਕਰਾਂਗਾ ਚਾਰ ਪੰਜ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਹੋਗਾ ਬੇਬੇ ਤੂੰ ਕੱਲ ਕਿੰਨੀਆਂ ਗੱਡੀਆਂ ਕਰਾਈਆਂ ਕਰਾਇ ਤੇ ਤਿੰਨ ਤਾਂ ਉਹਨਾਂ ਨੇ ਕਰਾਇਆ ਫਿਰ ਰਿਸ਼ਤੇਦਾਰ ਆਇਆ ਜਿਹੜੇ ਉਹਨਾਂ ਨੇ ਬੁਲਾਏ ਆ ਕੇ ਸਕੀਰਾਂ ਵਾਲੇ ਅੱਛਾ ਅੱਛਾ ਰਿਸ਼ਤੇਦਾਰ ਵੀ ਆ ਨਾਲ ਰਿਸ਼ਤੇਦਾਰ ਆਇਆ ਨਾਲ ਤੇ ਤਿੰਨ ਚਾਰ ਗੱਡੀਆਂ ਹੋ ਹੋਗਾ ਸਿੱਸਾ ਤੱਕ ਗੱਡੀਆਂ ਖੜੀਆਂ ਸੀ ਉਹਨਾਂ ਦੇ ਬਾਹਰ ਤੇ ਫੇਰ ਤਾਂ ਬੇਬੇ ਬਰਾਤ ਵਾਲਾ ਕੰਮ ਹੀ ਹੋਇਆ ਪਿਆ ਹੋਣਾ ਹੋਰ ਭਾਈ ਦੇਖੀ ਲੋਕਾਂ ਨੇ ਖਰਚੇ ਵਧਾਏ ਆ ਹਨ ਉਹ ਬੇਬੇ ਬਸ ਤੈਨੂੰ ਪਤਾ ਹੀ ਆ ਕਿ ਫਲਾਣਿਆਂ ਅੱਗੇ ਹੁਣ ਤੂੰ ਇੱਧਰ ਨੂੰ ਸਰਗੀ ਲੈ ਜਾ ਕੇ ਬਸ ਰਿਸੋ ਰਿਸ ਕਰੀ ਜਾਂਦੇ ਆ ਹਜੇ ਆਪਾਂ ਦਾ ਆਪਾਂ ਤਾਂ ਹਜੇ ਬਾੜੇ ਚੰਗੇ ਆਗੇ ਆਪਣੀ ਬਹੂ ਤਾਂ ਬਾੜੀ ਚੰਗੀ ਹੈਗੀ ਉਹ ਚੜ ਬੇਬੇ ਲੋਟ ਆ ਇਹ ਤਾਂ ਇਹ ਜਿਹੜੀਆਂ ਗੱਲਾਂ ਨੂੰ ਮੰਨਦੀ ਨਹੀਂ ਬਾਲਾ ਵਧੀਆ ਸਮਾਂ ਦੀ ਆਪਣਾ ਖਰਚਾ ਤਾਂ ਬਚ ਰਹਿਦਾ ਵਧੀਆ ਸਮਝੀ ਮੈਂ ਆਪਾਂ ਕਹਿ ਦਿੰਨੇ ਆ ਤੇ ਉਹਵੇਂ ਆਪਣੇ ਮਗਰ ਲੱਗ ਜਾਂਦੀ ਆ ਹਾਂ ਨਾ ਤੇਰੀ ਗੱਲ ਸਿੱਟੀ ਐ ਨੇ ਕਿਤੇ ਨਾ ਕਿਤੇ ਸਿੱਟੀ ਆਪਾਂ ਹੀ ਮੇਰੀ ਐ ਮੈਂ ਤਾਂ ਵਿਚਾਰੀ ਨੂੰ ਕਹਿੰਦੀ ਨਹੀਂ ਬਗਾਨੀ ਤੀ ਨੂੰ ਮੇਰੇ ਤਾਂ ਹੋਰ ਜਾਈ ਮੰਨਦੀ ਆ ਵਧੀਆ ਬੇਬੇ ਵਧੀਆ ਹੋਰ ਵਦਗਾ ਪਾਈ ਇੰਨਾ ਤਾਂ ਹੁਣ ਇੰਨੇ ਖਰਚੇ ਆਪਾਂ ਤੋਂ ਕਿੱਥੇ ਚੱਲੇ ਜਾਂਦੇ ਆ ਤੇ ਲੋਕਾਂ ਮੇਂ ਫੋਨ ਦੇ ਤੁਰੇ ਫਿਰਦੇ ਨਹੀਂ ਕਿ ਗੱਡਾਂ ਲੋਕ ਬੇਬੇ ਚੱਕੀ ਨਾਲੇ ਮਾਗਰੋ ਫਿਰ ਤੈਨੂੰ ਪਤਾ ਕਰ ਜਾ ਚੜੀ ਜਾਂਦਾ ਵਾ ਘਰ ਜਾ ਚੜੀ ਜਾਂਦਾ ਭਾਈ ਇਹ ਤਾਂ ਕੋਈ ਫਾਇਦਾ ਨਹੀਂ ਆ ਝੋਨਾ ਚੱਪਾ ਜਿਹੜਾ ਆਇਆਗਾ ਬਸ ਅਸੀਂ ਸਰਗੂਆਂ ਤੇ ਲਾ ਦੇਣਗੇ ਲੋਕ ਕੀ ਵਰਤਾਂ ਦੀ ਗੱਲ ਲੈ ਇੱਕ ਦਿਨ ਦੇ ਵਰਤਾਂਗੇ ਇੱਕ ਦਿਨ ਦੇ ਵਰਤ ਇਹਦਾ ਹੂੰ ਵੀ ਹੋ ਸਕਦਾ ਇਹ ਤਾਂ ਹੂੰ ਵੀ ਹੋ ਸਕਦਾ ਚਲ ਆਜੇ ਨਾਲ ਚਾਚੂ ਪੀ ਲਾਂਗੇ ਆਪਾਂ ਭੱਜਾ ਬਣਾਈ ਪਈ ਐ ਬੇਚਾਰੀ ਹਾਂ ਬਣਾਈ ਪਈ ਆ ਜਾ ਚਲ ਬੇਬੇ ਫਿਰ ਮੈਂ ਚਾਹ ਪੀ ਕੇ ਆਉਂਗਾ ਤੁਹਾਡੇ ਆ ਲਓ ਬੇਤ ਨੇ ਦਾਮ ਲੱਗੇ ਭਈ ਦਾਕੇ ਮੰਝਾ ਪਾ ਲਿਖਣ ਕਿੱਧਰ ਰਹਿ ਗਿਆ ਮਹੂਰੀ ਮੁੜ ਗਿਆ ਲੈ ਮੇਰੇ ਆਉਂਦੀ ਆਉਂਦੀ ਦੇ ਚੱਲ ਆ ਜੂਗਾ ਮੈਂ ਬੈਣੀ ਐਂ ਨਿੰਦੋ ਭੈਣੀ ਲੈ ਹਨ ਕੀ ਕਰਨ ਲੱਗ ਗਿਆ ਮਗਰ ਮੈਂ ਤੈਨੂੰ ਵੇਖੀ ਜਾਂਦੀ ਮਹ ਪਾਲੀ ਖਣ ਕਿੱਧਰ ਨਾ ਗਿਆ ਉਹ ਕਸ ਨਹੀਂ ਬੇਬੇ ਮੈਂ ਤਾਂ ਪਾਣੀ ਆ ਪੀਣ ਲੱਗਾ ਸੀ ਮਰੇ ਚੱਕਣ ਵਾਲੀ ਅੱਛਾ ਤਾਂ ਹੀ ਨਹੀਂ ਦਸੀ ਸਾਨੂੰ ਹੋਰ ਭੁੱਲ ਗਈ ਵੇ ਪਿਓ ਸਾਰੀਆਂ ਢੇਰੀਆਂ ਚੱਕਤੀਆਂ ਸੀ ਚਾਹ ਤਾਂ ਮਤਾਨੂ ਨਹੀਂ ਕਰੀ ਤੂੰ ਤਾਂ ਦੋਨੇ ਮਾਪੂਤ ਪਤਾ ਨਹੀਂ ਕਿੱਧਰ ਗਏ ਹੋਗੇ ਉਹ ਅਸਤੇ ਇੱਥੇ ਸੀਗੇ ਪਾਲਕਾ ਲਈ ਕੈਰੀ ਸਮਾਰੀ ਜਾਂਦਾ ਸੀ ਮੈਂ ਤਾਂ ਨਾ ਫਿਰ ਦੱਸ ਵੀ ਜਾਂਦੇ ਵੀ ਅਸੀਂ ਉਧਰ ਗਏ ਆ ਉਹ ਦੱਸਣ ਨੂੰ ਕਿਹੜਾ ਕਿਤੇ ਬਲੈਰਚ ਗਏ ਸੀ ਇਹ ਤਾਂ ਮਾਦਰ ਚਾਚੇ ਕੀ ਕਰੋ ਆ ਕੇ ਬਸ ਆਏ ਜੇ ਇੱਧਰ ਹੋ ਗਿਆ ਜੇ ਬੰਦੇ ਸਕੇ ਪਾਲੀ ਇਹ ਬੇਬੇ ਸੱਚਾ ਮੈਨੂੰ ਤਾਂ ਐਂ ਦੱਸ ਨਾ ਫੋਨ ਤੇ ਤੂੰ ਕਿਹਦੇ ਨਾਲ ਲੜੀ ਜਾਂਦੀ ਸੀ ਕਿ ਭਲਾ ਉਹ ਤਾਂ ਭਾਈ ਤੇਰ ਮਾਸੀ ਸੀਗੀ ਕਿ ਮਾਸੀ ਨਾਲ ਤਾਂ ਤਾਤ ਲੜਪੀ ਮਾਸੀ ਨਾਲ ਤਾਂ ਮੈਂ ਲੜਪੀ ਉਹ ਮੈਨੂੰ ਫੋਨ ਲਾਇਆ ਸੀ ਨਾ ਤੜਕੇ ਕਹਿੰਦੀ ਕਿ ਨਾ ਆਪਾਂ ਸਰਗੀ ਲੈ ਕੇ ਚੱਲਾਂਗੇ ਬਹੂ ਜੀ ਅੱਛਾ ਮਾਸੀ ਬਹੂ ਦੀ ਸਰਗੀ ਲੈ ਕੇ ਜਾਂਦੀ ਆ ਹੋਰ ਲੈ ਵੇ ਕੀ ਹੁਣ ਬਾ ਚੱਕ ਜਾ ਚੱਕੀ ਖੜੀ ਆ ਭਾਈ ਅੱਛਾ ਤੇ ਫਿਰ ਤੂੰ ਕਾ ਤੋ ਬੋਲਦੀ ਸੀ ਫਿਰ ਮੈਂ ਤਾਂ ਬੋਲਦੀ ਸੀ ਮੈਂ ਕਿ ਵੀ ਇਹਨਾਂ ਕੰਮਾਂ ਤੇ ਤੂੰ ਕੀ ਲੈਣਾ ਸਰਗੀਆਂ ਤਾਂ ਤੂੰ ਆਦਾ ਆਰਾਮ ਆਰਾਮ ਕਰ ਮਾ ਖਾ ਅੱਛਾ ਫਸਲ ਨਹੀਂ ਬਾੜੀ ਨਹੀਂ ਚੱਜ ਦੀ ਕੱਲਾ ਝੋਨਾ ਵਾ ਹਾਂ ਵੀ ਤੂੰ ਉਹਨੂੰ ਕਿੱਥੇ ਕਿੱਥੇ ਕਰ ਲੇਂਗੀ ਹਾਂ ਵੀ ਇਹ ਮ ਖਰਚਾ ਵਧਾਈ ਜਾਨੀ ਹੈਗੀ ਕਹਿੰਦੀ ਨਾ ਭਾਈ ਮੈਂ ਤਾਂ ਜਾਉਂਗੀ ਕਿ ਨਾਲ ਤੂੰ ਆ ਜੀ ਕਿ ਜੇ ਬਹੂ ਜੀ ਆਇਆ ਤਾਂ ਬਹੂ ਵੀ ਆ ਜੇ ਮਾਹ ਭਾਈ ਉਹਨਾਂ ਤੋਂ ਨਾ ਆ ਜਾਂਦਾ ਨਾ ਬਹੂ ਤਾਂ ਨਾ ਮੁੰਡੇ ਤੇ ਮੈਂ ਵੀ ਨਹੀਂ ਆਉਂਦੀ ਮਾਹ ਅੱਛਾ ਫਿਰ ਮੈਂ ਤਾਂ ਬਾਵਾ ਦੇ ਨਾਲ ਖਰਪਾਰੇ ਜੀ ਹੋਗੀ ਤੜਕੇ ਅੱਛਾ ਹੋਰ ਹੋਗੀ ਲੈਣਾ ਸੀ ਬੇਬੇ ਭਾਈ ਮੈਨੂੰ ਆਇਆ ਮਾਹ ਵੀ ਇੱਕੋ ਜਿਹਾ ਖਾਗਾ ਐਨਾ ਨਾ ਫਸਲ ਬਾੜੀ ਦਾ ਇਤ ਕੀ ਹੈ ਨਹੀਂ ਕਿ ਅੱਲਾ ਝੋਨਾ ਝੋਨਾ ਨਰਮਾ ਉਹ ਮਾਰਿਆ ਗਿਆ ਹੁਣ ਫਿਰ ਇਹ ਤਾਂ ਆਪ ਦੀਆਂ ਚ ਲਾਉਂਦੀ ਐ ਭਾਈ ਆਪਦੀ ਕਿੱਥੇ ਚਲਦੀ ਹੁੰਦੀ ਆ ਉਹ ਬੇਬੇ ਆਏ ਆ ਉਹ ਤਾਂ ਬੇਬੇ ਆਏ ਵੀ ਕਹੀ ਆਂਦੀ ਸੀ ਸੱਚ ਉਕੇ ਮੈਂ ਤਾਂ ਤੇਰੇ ਨਾਂ ਵਰਤਦੀ ਨਹੀਂ ਨਾ ਮਾਂ ਕਹੀ ਜਾਂਦੀ ਸੀ ਮਮਾ ਤੇਰੇ ਨਾਂ ਵਰਤਦੀ ਨਹੀਂ ਭਾਈ ਮਾਂ ਹੇ ਜੇ ਤੂੰ ਐਨਾ ਬਾਦਾਂ ਜਿ ਬੁਧਾਈ ਜਾਨੀ ਚੱਕ ਚਕਾਇਓ ਉਧਰ ਚੱਕ ਪੰਡਾ ਉਧਰ ਚੱਕ ਇਹਦਾ ਕੀ ਫਾਇਦਾ ਗਾ ਉਹ ਐਸੀ ਬੇਬੇ ਹਾਂ ਤੇਰੇ ਨਾਲ ਕਿਤੇ ਗੁੱਸਾ ਨਾ ਕਰਦੇ ਉਹ ਤੇਰੀ ਗੱਲ ਦਾ ਹਾਂ ਚੱਲ ਭਾਈ ਕਰ ਨੂੰ ਤਾਂ ਕਰ ਲੈ ਫਿਰ ਮਾਂ ਲ ਚੰਗੀ ਗੱਲ ਹੀ ਕਹਿੰਦੀ ਸੀ ਉਹਨੂੰ ਵੀ ਖਰਚਾ ਘਟਾ ਹਣਾ ਕੀ ਫਾਇਦਾ ਖਰਚਾਂ ਤੋਂ ਜੇ ਤਾਂ ਖਰਚੇ ਹੋ ਜਾਂਦੇ ਫਿਰ ਉਥੇ ਫਾਹੇ ਪਾ ਕੇ ਖੜ ਜਾਂਦੇ ਅਗੇ ਉਹ ਨਲੇ ਨਾ ਬੇਬੇ ਮੇਰੇ ਮਾਮੇ ਅਰਕਾ ਨੂੰ ਜੇ ਦੱਸਤਾ ਉਹਨੇ ਮੇਰੇ ਮਾਮੇ ਅਰਕਾ ਤਾਂ ਆਏ ਆਖੂਗੀ ਉਹ ਮੈਨੂੰ ਜਾਣ ਕੇ ਕਹਿੰਦੀ ਸੀ ਸਰ ਕਹੀ ਜਾਵੇ ਪਾਈ ਮੈਂ ਤਾਂ ਸੱਚੀ ਗੱਲ ਤਾਂ ਫਿਰ ਮੁੱਚਾਈ ਰਹਿੰਦੀ ਨਹੀਂ ਕਿ ਪਾਲੀ ਹਾਂ ਫਿਰ ਬੀਬੇ ਤਾਂ ਹੁਣ ਜਦੋਂ ਸੱਚੀਆਂ ਗੱਲਾਂ ਕਹਿੰਦੀ ਐ ਇਹ ਕਦੋਂ ਹਟਦੀ ਐ ਤੈਨੂੰ ਪਹੀ ਜਾਵੇ ਮੈਂ ਤਾਂ ਨਾ ਇਹ ਜਾ ਕੁਝ ਕਰਾਂ ਤੇ ਨਾ ਤੈਨੂੰ ਕਰਨ ਦੇਵਾਂ ਮੈਂ ਤਾਂ ਪਤਾ ਨਹੀਂ ਕੀ ਕਰਦੀ ਆ ਲੈ ਬੀਬੇ ਹੋ ਹੋ ਮੈਂ ਤਾਂ ਫਿਰ ਬਾਬਾ ਘਰ ਮੇਂ ਇਹ ਹੋ ਗਈ ਤੇਰੀ ਮਾਸੀ ਤੇ ਨਹੀਂ ਬੱਤੀ ਨਾ ਵਰਤੇ ਭਾਈ ਮਾ ਹ ਹ ਬਾਹਰ ਕੀ ਹਾਲਾ ਲੋਕਾਂ ਨੂੰ ਕਹਿਣਾ ਸੀ ਆਪਾਂ ਐਵੇਂ ਇੱਕ ਜਾਣਾ ਬਗ ਜਾਂਦੇ ਯਾ ਤੂੰ ਬਗ ਜਾਂਦੀ ਆਪਦਾ ਦੇ ਕੇ ਸਲਾਮੀ 100 ਰੁਪਿਆ ਮੁੜਿਆ ਆਉਂਦੀ ਆ ਆਪਾ ਲਈ ਆਪਾ ਤਾਂ ਅੱਗੀ ਭੋਗਾ ਭੂਗਾਂ ਚ ਕਾਇਦਨ ਹੋਗੇ ਤੁਰੇ ਫਿਰ ਜਾਨੂ ਆਪਾਂ ਤਾਂ ਸਬਜੀ ਨਹੀਂ ਤਿਆਰ ਹੋਈ ਅੱਜ ਕਿ ਮੁੱਲ ਕਿੰਨੇ ਕ ਲੈ ਲੈ ਕਾ ਲਾਂਗੇ ਹਾਂ ਉਹੀ ਤਾਂ ਗੱਲ ਆ ਨਾਲੇ ਤੈਨੂੰ ਬਤਾ ਆ ਬੇਬੇ ਕਦੋਂ ਫालतੂ ਖਰਚਾਂ ਤੇ ਰਾਜੀ ਆ ਇਹ ਤਾਂ ਮੈਂ ਇਹਨਾਂ ਕਰਨ ਦੇ ਦਿੰਦੀ ਕਿ ਪੰ ਮਰਾਜੀ ਰਹੋ ਪੰ ਮੈਂ ਗੁੱਸੇ ਰਹੋ ਹਾਂ ਆਪਾਂ ਤਾਂ ਬੇਬੇ ਕਰਦੇ ਨਹੀਂ ਆਪਾਂ ਨੂੰ ਕਿ ਲੋੜ ਆ ਆਪਾਂ ਤਾਂ ਪਹਿਲਾਂ ਸਮਝੇ ਹੋਏ ਆ ਮੈਂ ਤਾਂ ਤੈਨੂੰ ਸਬਜੀ ਨੂੰ ਹਾਲ-ਹਾਲ ਕਰੀ ਜਿੰਨੀ ਰੋਜ਼ ਆਪਾਂ ਮੁੱਲ ਲੈ ਕੇ ਕਿੱਥੋਂ ਖਾਵਾਂਗੇ ਉਹਨੂੰ ਕਹੀ ਜਾਵੇ ਮਾਸੀ ਨੂੰ ਸਮਾਰ ਸਮਾਰ ਕੇ ਨਾ ਤੂੰ ਕਿਹੜਾ ਲੈਦਾ ਵਿਆਹ ਕਰਿਆ ਹੋਰ ਮੈਂ ਤੂੰ ਕਰ ਗਈਆਂ ਜਾਂਦੀਆਂ ਨੇ ਮੈਂ ਕਿਹੜਾ ਦ ਮਾਤਾ ਕਿ ਸਦੀ ਸਰਗੀ ਨਹੀਂ ਜਾਣਦੀ ਉਹ ਫਿਰ ਨਾ ਤਾਂ ਆਪਾਂ ਤੇ ਕੁੜੀ ਦੀ ਬਲਾਈ ਹੈ ਸਰਗੀ ਭਾਈ ਨਾ ਆਪਾਂ ਮਨਦੀਪ ਜੀ ਲੈ ਕੇ ਗਏ ਆਂਗੇ ਹੈ ਆਪਾਂ ਹੈਂ ਗੱਲਾਂ ਚ ਚੋਚਲੇ ਬੋਚਣਾ ਚ ਵੱਢਦੇ ਨਹੀਂਗੇ ਇੱਕ ਗੱਲ ਹੋਰ ਬੇਚਾਰਗੇ ਸਰਗੀਆਂ ਸਰਗੀਆਂ ਚੱਲ ਤੂੰ ਸਾਡਾ ਤੇ ਮਾਸੀ ਤਾਂ ਨਹੀਂ ਆਉਂਦੀ ਤੇਰੇ ਕੋਲੇ ਹੁਣ ਪਈ ਨਾ ਬੇ ਫਿਰ ਨਹੀਂ ਆਉਗੀ ਤਾਂ ਮੈਂ ਨਹੀਂ ਇਹੋ ਜਿਹਾ ਕਰ ਦੇ। ਮਾਸੀ ਆਏ ਨਾ ਨਾਲੋਂ ਮਾਸ ਕਿੱਥੇ ਟੁੱਟਦਾ। ਪਰ ਬੇਬੇ ਦਾ ਤਾਂ ਹੁਣ ਪਤਾ ਹੀ ਆ ਮਾਸੀ ਨੂੰ ਵਿਆਹ ਗਲੇ ਵੀ ਸਭ ਕੁਝ ਕਹਿੰਦੀ ਸੀ ਵੀ ਤੂੰ ਇੰਨਾ ਖਰਚਾ ਕਰੀ ਜਾਨੀ ਆ। ਖਰਚੇ ਵਾਲਾ ਤਾਂ ਫਿਰ ਮੈਂ ਕਹੀ ਨੂੰ ਹੀ ਆ ਭਾਈ ਤੁਹਾਨੂੰ ਵੀ ਕਰੇ ਮੈਂ ਸਮਝਾਉਣੀ ਆ ਵੀ ਇੰਨਾ ਖਰਚਾ ਨਹੀਂ ਕਰੀਦਾ ਹੁੰਦਾ। ਬੇਬੇ ਆਏ ਆ। ਸਾਡਾ ਤਾਂ ਬੇਬੇ ਫਿਕਰ ਕਰਿਆ ਕਰ। ਅਸੀਂ ਤਾਂ ਤੇਥੋਂ ਪੁੱਛੇ ਬਣਾ ਕੋਈ ਗੱਲ ਕਰਦੇ ਆ ਪਹਿਲਾਂ। ਨਾ ਭਾਈ ਕਰ ਦੇਣੀ ਇਹ ਤਾਂ ਮੈਥੋਂ ਜਮਾ ਹੀ ਨਹੀਂ ਬਾਹਰ ਹੁੰਦੀ। ਹਾਂ ਬੇਬੇ ਚਲ ਨਾ ਤੂੰ ਬਾਹਰ ਹੋ ਮੈਂ ਨਾ ਇਹ ਹੋਵੇ। ਵੀ ਚਾਦਰ ਦੇਖ ਕੇ ਪੈਰ ਪਸਾਰ ਲੇ ਬੋਹੀ ਤਾਂ ਮੈਂ ਗੱਲ ਕਰਨੀ ਹੈ ਪਤਾ ਮੇਰਾ ਰੋਖਾ ਹੁੰਦਾ ਜਦੋਂ ਚਾਦਰ ਤੋਂ ਬਾਹਰ ਪੈਰ ਵਗ ਜਾਂਦੇ ਉਹੀ ਮੈਂ ਕਹਿੰਨੀ ਹੈ ਨਾ ਬਿਆਜ ਹੁਣ ਹੀ ਪੈ ਰੱਖ ਕੇ ਤਰੋ ਨਾ ਹਾਂ ਵੀ ਦੇਖ ਕੇ ਆਪ ਦਾ ਸੋਚ ਸਮਝ ਕੇ ਚੱਲੋ ਚਲ ਐ ਕਰ ਫਿਰ ਹੁਣ ਚਾਹ ਲਿਆ ਫਿਰ ਕੁੱਟ ਪੀਲੇ ਬਣਾਉਣੀ ਆ ਚਾਹ ਤਾਂ ਨਾਲੇ ਬੇਬੇ ਇੱਕ ਗੱਲ ਮੈਂ ਤਾਂ ਹੋਰ ਵੀ ਜਾਣਨੀ ਆ ਹਨਾ ਇਹ ਖਰਚਾ ਦੋਨਾਂ ਤਰ੍ਹਾਂ ਦੇ ਹੀ ਆ ਪਹਿਲਾਂ ਤਾਂ ਇੱਧਰੋਂ ਖਰੀਦ-ਖਰੀਦ ਪੰਡਾ ਭਰ ਲਾਣੇ ਆ ਹਨਾ ਪਾਣੀਆਂ ਦੇ ਕਰਮਾ ਉਹ ਲਕਬਾਣਾਂ ਦੇ ਕਰਮਾ ਉਹ ਕੁੜੀ ਵਾਲੇ ਪੰਡਾ ਇੱਧਰ ਧਰ ਦਾਂਗੇ ਵੀ ਫਿਰ ਕੱਲ ਇੱਧਰੋਂ ਦੇ ਲਓ ਉੱਧਰੋਂ ਲੈ ਲਓ ਵੀ ਘਰੀ ਵੇਜੇ ਚੁੱਪ ਕਰਕੇ ਉਹ ਹਾਂ ਤਾਂ ਮੈਂ ਕਹਿੰਨੀ ਆ ਵੀ ਖਰਚੇ ਕਿਉਂ ਵਧਾਏ ਆ ਇਹ ਪਰ ਤਾਂ ਹੁੰ ਵੀ ਰੱਖਿਆ ਜਾ ਸਕਦਾ ਇੱਕ ਵਾਰੀ ਵੱੱਟ ਤਾਂ ਹੁੰ ਵੀ ਰੱਖਿਆ ਜਾਊਗਾ ਐਵੇਂ ਬਾਦੂ ਦਿਖਾ ਕੇ ਬਣਾਏ ਇਹ ਤੇ ਮੇਰੀ ਗੱਲ ਆ ਬੇਬੇ 2 ਘੰਟੇ ਲੀ ਸਾਰੀ ਉਹੀ ਤੇ ਗੱਲ ਆ ਨਾਲ ਉਹ ਗੱਡਿਆਂ ਪਰ ਪਰ ਲਈ ਜਾਂਦੇ ਲੈ ਕੀ ਫਾਇਦਾ ਨਿਕਲੂ ਇਹਨਾਂ ਨੂੰ ਆ ਖਰਚੇ ਹੀ ਵਧਾਏਗਾ ਕੀ ਬਾਲੇ ਇਹੋ ਹੋ ਰਿਹਾ ਹਨਾ ਉਹਨਾਂ ਦੀ ਕੁੜੀ ਦੀ ਸਰ ਕੀ ਆ ਗਈ

ਹੋ ਹਾਂ ਤਵਸ ਨੂੰ ਨਹੀਂ ਕਰਿਆ ਮੈਂ ਚਲ ਬਾਗੀ ਜਾਉਂਗੀ ਅੱਛਾ ਹੋਰ ਮੈਂ ਚਰਕੀ ਫੋਨ ਕਰ ਲਾਂਗਾ ਹੋਰ ਮਨਦੀਪ ਆ ਮਾਂ ਬੀਬੇ ਉਹ ਤਾਂ ਪਾਣੀ ਲਿਆ ਚਰ ਬੀਬੀ ਆ ਗਈ ਅੱਛਾ ਲਿਆਉਣੀਆਂ ਲਿਆਉਣੀਆਂ ਬੀਬੇ ਆ ਜਾ ਆ ਜਾ ਹੋਰ ਮੈਂ ਤਾਂ ਇਹ ਆਦੀ ਸਮਝਾ ਚੱਲ ਹੋਈ ਗੱਲ ਹੈ ਨਾ ਪਹਿਲਾਂ ਦੱਸਿਆ ਹੁੰਦਾ ਆ ਮੰਗ ਚਰਕਰੀ ਹੋਣਗੇ ਅੱਛਾ ਬੀਬੇ ਆ ਵੀ ਲੈ ਮੈਨੂੰ ਤਾਂ ਦੱਸਿਆ ਹੀ ਨਹੀਂ ਚਲ ਪਾਣੀ ਲੈ ਕੇ ਜਾ ਦੀਪ ਆ ਗਿਆ ਹੋ ਆਤ ਆ ਗਈ ਬੇਬੇ ਹੁਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਠੀਕ ਹੋ ਹਾਂ ਵਧੀਆ ਠੀਕ ਆ ਹੋਰ ਕਰੇ ਸਾਰੇ ਠੀਕ ਨੇ ਹਾਂ ਸਾਰੇ ਠੀਕ ਆ ਆਪਣੇ ਦੱਸ ਅੱਛਾ ਵਧੀਆ ਤੂੰ ਫੋਨ ਨਹੀਂ ਕਰਿਆ ਬੇਬੇ ਮੈਂ ਤਾਂ ਉਹੀ ਨਹੀਂ ਕਰਿਆ ਫੋਨ ਮਹਾ ਚਲਕੀ ਫੋਨ ਕਰਨ ਲਾ ਕਮ ਹਵਾ ਗਈ ਜਮਗੀ ਅੱਛਾ ਮਹਾ ਚਲਕੀ ਰਾਈ ਜੀ ਬਣਾ ਲਈ ਅੱਜ ਅੱਛਾ ਮਹਾ ਚਲ ਜਾਈਏ ਆ ਮਾਂ ਵੀ ਹਾਂ ਐਂਦਾ ਹੈਗਾ ਬਹੁਤਾ ਖਾਸ ਕੁਝ ਸਾਰੇ ਹਾਂ ਸਾਰੇ ਖੈਰ ਸੂਖਾ ਵਧੀਆ ਅੱਛਾ ਤੇ ਤੂੰ ਕਿਵੇਂ ਆ ਗਈ ਚੰਦ ਚੱਕੀ ਤੇ ਘਰ ਨਾ ਆ ਗਈ ਸੱਚ ਹਾਂ ਮੈਂ ਤਾਂ ਆਈ ਆ ਗਈ ਉਹ ਕਹਿੰਦੇ ਨੇ ਕਿ ਸਰਗੀ ਲੈ ਕੇ ਆਵਾਂਗੇ ਛੋਟੀ ਕੁੜੀ ਦੀ ਅੱਛਾ ਮੈਂ ਤਾਂ ਪੁੱਛੀ ਨਹੀਂ ਆ ਵੀ ਕਿਰਨ ਆ ਗਈ ਮੈਂ ਹਾਂ ਹਾਂ ਆ ਗਈ ਤੇ ਮੈਂ ਤਾਂ ਹਮਸਾਹੇ ਕਹਿੰਦੀ ਸੀ ਕਿ ਉਹ ਤਾਂ ਮੈਂ ਨਾ ਉਥੇ ਪੀ ਕੇ ਆਈ ਸੀ ਰਾਤ ਉਹ ਕਹਿੰਦੇ ਸਰਗੀ ਲੈ ਕੇ ਆਵਾਂਗੇ ਵਰਤ ਰੱਖਣ ਆਈ ਐ ਨਾ ਕੁੜੀ ਅੱਛਾ ਹੋਰ ਹੁਣ ਮੈਂ ਇੱਥੇ ਮਹਾਂਚਲ ਇਹਨੂੰ ਲੈ ਆਵਾਂ ਤੇ ਵੀ ਦੋਨੇ ਜਣਾਂ ਚਾਹੀਦਾ ਕੱਪੜਾ ਲੈ ਆਉਣਾ ਜੋ ਪਸਾਰ ਗਈ ਤੇ ਰਵਾਨੀ ਹੈ ਹੋਰ ਉਹ ਤਾਂ ਕਾ ਫੋਨ ਕਰਤਾ ਕਹਿੰਦੇ ਸਾਰੀ ਲੈ ਕੇ ਆਵਾਂਗੇ ਹਾਂ ਜੇ ਤਾਂ ਉਹਨਾਂ ਗਲਤជា ਕੰਮ ਆ ਗਏ ਤੇ ਖੱਟੇ-ਬੱਟੇ ਇਹ ਮਦਾਈ ਜਾਂ ਨੂੰ ਤੁਸੀਂ ਮਸੀ ਤਾਂ ਕੀ ਬਣਾਉਣੀ ਫੇਰ ਮੈਂ ਕੀ ਜਵਾਬ ਦੇਵਾਂ ਹੁਣ ਜਵਾਬ ਤਾਂ ਦੇਣ ਦਾ ਤੇਰਾ ਹੱਕ ਹੀ ਸੀਗਾ ਤੇ ਹੋਰ ਹੁਣ ਮੈਂ ਤਾਂ ਕਦੀ ਵਰਤ ਦੇਖ ਰੱਖਿਆ ਤੇ ਮੈਂ ਤਾਂ ਹੁਣ ਜਦੋਂ ਪਈ ਉਹਨਾਂ ਨੇ ਕਾਇਤਾ ਵੀ ਉਹਦਾ ਤਾਂ ਫੇਰ ਵਰਤ ਰਖਾਉਣਾ ਹੀ ਪਿਆ ਮੈਂ ਤਾਂ ਭਾਂਜੀ ਤੇ ਆ ਜਾਂਦੀ ਸੀ ਤੇਰੀ ਇੱਕ ਜਵਾਬ ਆਵਾ ਹੈ ਖਾਤੇ ਪਾਤੇ ਇਨੈ ਤੂੰ ਬਣਾ ਜੇ ਸੰਭਲ ਕੇ ਚੱਲਿਆਗਾ ਤੂੰ ਵੀ ਉਹਨਾਂ ਨੇ ਮੰਗਰੀ ਲਾਗੀ ਮੰਗਰ ਤਾਂ ਫਿਰ ਮੈਂ ਹੁਣ ਕਿਵੇਂ ਜਵਾਬ ਦੇਵਾਂ ਲੈ ਮੇਰੇ ਰਿਸ਼ਤੇਦਾਰ ਲੈ ਪੈਣੇ ਮੁੰਡਾ ਲੈਣ ਗਿਆ ਸੀਗਾ ਤੇ ਮੁੰਡੇ ਨੂੰ ਕਹਿੰਦੇ ਭਾਈ ਘਰੇ ਤਿਆਰੀ ਕਰ ਲਿਓ ਇਸ ਤਾਂ ਸਰਗੀ ਲੈ ਕੇ ਆਵਾਂਗੇ ਪਰ ਜੋ ਉਹਨਾਂ ਨੇ ਤਜੀਬ ਹਲਾਤੀ ਗਾਹ ਕੁੜੀ ਵਾਲੇ ਨੂੰ ਵੀ ਪੁੱਛ ਲੈਂਦੇ ਬੇ ਇੰਨੀ ਕ ਪਹੁੰਚ ਹੈਗੀ ਹੈ ਕਿ ਨਾ ਇੰਨਾ ਚ ਪੈਣੇ ਤੈਨੂੰ ਪਤਾ ਹੀ ਹੈ ਫਿਰ ਕੁੜੀ ਵਾਲੇ ਤਾਂ ਕੀ ਜਵਾਬ ਦੇਣਾ ਨੀਵੇਂ ਹੁੰਦੇ ਆ ਤੇ ਵਾਲੇ ਤਾਂ ਤੇ ਵੀ ਹੁਣ ਫਿਰ ਜਵਾਬ ਵੀ ਮੈਂ ਕਿਵੇਂ ਦੇਵਾਂ ਨਾ ਕੁੜੀ ਮੁੰਡਾ ਕਿਤਾਇਓ ਉਹਨਾਂ ਵੀ ਸਾਡੇ ਚ ਤਾਂ ਪਹੁੰਚ ਨਹੀਂ ਮੈਂ ਤੈਨੂੰ ਐ ਕਹਿੰਨੀ ਪੈਣੀ ਕੁੜੀ ਮੁੰਡਾ ਚ ਕੀ ਫਰਕ ਹੁੰਦਾ ਵਾ ਪਹਿਲੇ ਮੈਨੂੰ ਤੂੰ ਐ ਦੱਸ ਹਰਕ ਤਾਂ ਸਮਝਦੇ ਨਹੀਂ ਆਪਾਂ ਹਾਂ ਆਪਾਂ ਨਹੀਂ ਫਰਕ ਸਮਝਦੇ ਨਾ ਇਹਨਾਂ ਗੱਲਾਂ ਦਾ ਤੇ ਫਿਰ ਉਹੀ ਗੱਲ ਆਪਾਂ ਤਾਂ ਕਹਿੰਦੇ ਤਾਂ ਫਰਕ ਸੀਗਾ ਹੀ ਤੇਰਾ ਉਹ ਹੋਵੇ ਤੇ ਤੂੰ ਤਾਂ ਹਮਨਾਏ ਕਹਿਨੀ ਆ ਵੀ ਸਾਰੇ ਲੋਕ ਖਾਉਣੀ ਮੇਰੇ ਵਰਗੇ ਨੇ ਸਾਰੇ ਲੋਕਾਂ ਦੀ ਸੋਚ ਜੇ ਆਏ ਹੋ ਜੇ ਫਿਰ ਦੁਨੀਆ ਹੀ ਨਾ ਸੁਧਰ ਜੇ ਭਾਂਜੀ ਨਾ ਤਾਂ ਦੇਖ ਮੈਂ ਰਣਦੀਪ ਦੀ ਲੈ ਕੇ ਗਈਆਂ ਨਾ ਮੈਂ ਕੁੜੀ ਦੇ ਵਰਤ ਰਖਾਇਆ ਅਸ ਤੇ ਇੰਨਾ ਕੰਮ ਵਿੱਚ ਵਰਦੀ ਨਹੀਂ ਗੇ ਮੈਂ ਤਾਂ ਆਪਣੀ ਰੱਖਿਆ ਹਾਂ ਮੈਂ ਕਿਧਰ ਫੋਣੀ ਆ ਆ ਬੈਟੀ ਦਾ ਅੰਬਰ ਤੇ ਚੱਕਿਆ ਹੋਇਆਗਾ ਮੈਂ ਤਾਂ ਰੱਖਿਆ ਹੀ ਨਹੀਂ ਕਿਤੇ ਵਰਤ ਆ ਮੇਰੀ ਭੈਣ ਨੇ ਕਰਕੇ ਮੇਰੀ ਭੈਣ ਨੇ ਕਰਕੇ ਫੋਨ ਲਾ ਸੀ ਮੈਂ ਤਾਂ ਉਹਦੇ ਨਾਲ ਵੀ ਬਾਵਾ ਕੀਤੀ ਵੀ ਭਾਈ ਅਮ ਕਹਿੰਦੀ ਕਿ ਮੈਂ ਵੀ ਬੁਗਦੀ ਸਰਗੀ ਲੈ ਕੇ ਜਾਣੀ ਆ ਅੱਛਾ ਹਾਂ ਮੈਂ ਆਖਾ ਭਾਈ ਅਸੀਂ ਨਾ ਤਾਂ ਇਹ ਜੇ ਕੰਮਾਂ ਚ ਸਰਦਨ ਸਰਗਾਂ ਚ ਵੱਢ ਗਏ ਨਾ ਲੋੜਾ ਖਰਚੇ ਨਾ ਵਧਾਓ ਤੁਸੀਂ ਕੀ ਇਹਨਾਂ ਚ ਪਿਆਗਾ ਖਰਚੇ ਪੰਡਾ ਉਧਰ ਚੱਕ ਉਧਰ ਚੱਕ ਹਾਂ ਉਹ ਚੱਕ ਕੇ ਪੇਟੀਆਂ ਜੀ ਧਰ ਦਿੰਨੇ ਆ ਤੇ ਨਾ ਕਿਸੇ ਨੇ ਪੌਣੀਆਂ ਨਾਲ ਸਮਾਂ ਆਉਣੀ ਆ। ਉਹੀ ਤਾਂ ਮੈਂ ਕਿ ਤੈਨੂੰ ਭੈਣ ਜੀ ਕਹੀ ਨਹੀਂ ਆਂਗੀ। ਅੱਜ ਕੱਲ੍ਹ ਰਵਾਜ ਆ ਆਰਦੇ ਹੱਥ ਦਾ ਖਰੀਦਿਆ ਜਿਹੜਾ ਪਾਉਂਦਿਆਂ ਨੇ। ਪਾਉਂਦਗਾ ਪਾਉਂਦਗਾ ਨਹੀਂ। ਰਈ ਪਸੰਦ ਲਿਆਉਂਦੇ ਜਵਾਫ ਅੱਜ ਕੱਲ੍ਹ ਨਹੀਂ ਆਉਂਦੇ। ਹਾਂ। ਹਾਂ। ਤੇ ਅੱਛਾ ਗੁੱ ਜੀ ਫਿਰ ਹੁਣ ਤੂੰ ਮੈਨੂੰ ਲੈਣ ਆਈ ਸੀ। ਮੈਂ ਤੈਨੂੰ ਲੈਣ ਆਈ ਆਂਗੀ। ਮੈਂ ਚੱਲ ਕਿਵੇਂ ਕਰਾਂ ਹੁਣ ਮੈਂ। ਨਾ ਭਾਈ ਮੈਂ ਤਾਂ ਨਹੀਂ ਜਾਣ ਦਿੰਦੀਗੀ। ਫਿਰ ਆਏ ਐ। ਹੁਣ ਕਰੇ ਘਰ ਵੀ ਨਹੀਂ ਸੁਣਾ ਛੱਡ ਦਿੱਤਾ। ਸੁਣਨਾ ਤੇ ਮੈਂ ਚੱਲੇ ਦੋਨੇ ਬਾਗ ਜਾਣਗੇ ਮੁੰਡੇ ਨਾਲ ਆ ਦੇਵਸਿੰਦਰ ਦੇ ਕੱਪੜੇ ਕੁੜੇ ਲੈ ਆਉਣਗੀਆਂ। ਨਾ ਮਾਂ ਮੈਂ ਵਾਸਤੇ ਜਿਹੜੀ ਲੈਣੀ ਮਾਂ ਤੈਨੂੰ ਭਾਂਜੀ ਆ ਕਹਿਨੀ ਹੈਗੀ ਹੁਣ ਜੇ ਮੈਂ ਇਹਨੂੰ ਤੋੜੂੰਗੀ ਹੈ ਤੋੜੂੰਗੀ ਉਹ ਹੁਣ ਸਮਾਨ ਸੱਦ ਲਿਆ ਹੋਊਂਗੇ ਅਸੀਂ ਨਹੀਂ ਇਹ ਜਾ ਕੀਤਾ ਫਿਰ ਐਵੇਂ ਸਾਡੇ ਘਰੇ ਵੀ ਫਰਕ ਪਊਗਾ ਇਸ ਗੱਲ ਦਾ ਚੱਲ ਸਾਡੇ ਘਰੇ ਤੇ ਕੀ ਪੈਣਾ ਨਾ ਪੈਣਾ ਕਿਉਂ ਹੁਣ ਜਿਦੋਂ ਨਾ ਤਾਂ ਅਸੀਂ ਇਹਦਾ ਬਰਤਖ ਰਖਾਇਆਗਾ ਦੇਖ ਨਾ ਅਸੀਂ ਉੱਥੇ ਗਈਆਂ ਹੈਗੇ ਅਸੀਂ ਨੂੰ ਕੁਛ ਲੈ ਕੇ ਗਏ ਐਵੇਂ ਜੇ ਉਹ ਹੁਣ ਮਾੜਾ ਮੋਟਾ ਲਿਆ ਹੋਊਂਗੇ ਫਿਰ ਇਹਦਾ ਵੀ ਜਵਾਖੜੀ ਤੇ ਦਰਜਾ ਥੋੜਾ ਹੋਊਗਾ ਵੀ ਮੇਰਾ ਤਾਂ ਮੇਰੀ ਮਾਂ ਨੇ ਕੋਈ ਵਿਆਹ ਨਹੀਂ ਕੀਤਾ ਚੱਜ ਦਾ ਅਸੀਂ ਜਿਹੜਾ ਖਰਚਾ ਚੱਲਦੇ ਐ ਨਾ ਕੰਮਾਂ ਤੋਂ ਜਾਂਦੇ ਤਾਂ ਹੁਣ ਛੋੜਾ ਤਾਂ ਕੀ ਖਰਚਾ ਹੋਣਾ ਬਸ ਮੈਂ ਜਿਹੜੇ ਉਹਨੂੰ ਦੇਉਂਗੀ ਜਿਹੜਾ ਕੱਪੜਾ ਲੈ ਕੇ ਉਹ ਜਾਏ ਆਪਦਾ ਸ਼ੂਟ ਲਿਆ ਉਹ ਨਾ ਨਾ ਭੈਣ ਜੀ ਮੈਂ ਨਹੀਂ ਤੋਰਦੀ ਚੱਲ ਬਾਗਰੋ ਚਾਰ ਦਿਨ ਲਾ ਆਉਗੀ ਇਹ ਨਾ ਹੁਣ ਉਹ ਕੱਲੀ ਜਵਾਕੜੀ ਕਿਵੇਂ ਲਿਓ ਭਾਂਡਾ ਲੈਣਾ ਰਾਇ ਨਾਲ ਕੋਈ ਪਰਤਨ ਦਿੰਦੇ ਹੁੰਦੇ ਆ ਜਿਹੜਾ ਚੱਲ ਕੋਈ ਨਹੀਂ ਤੁਸੀਂ ਮਾਵਾ ਤਿੰਗਾ ਬਗ ਗਿਓ ਮੈਂ ਤਾਂ ਨਾ ਇਹ ਕਹਿਨੀ ਭੈਣ ਜੀ ਉੱਥੇ ਜਿਹੜੀਆਂ ਹੁਣ ਛੋੜਾ ਕੀ ਮਹਾਂ ਆਉਣਗੀਆਂ ਉਹ ਮੇਰੀ ਨੂੰ ਉਹਨੂੰ ਵੀ ਕਹਿਣਗੀਆਂ ਵੀ ਤੇਰਾ ਤਾਂ ਕੋੜਾ ਕੁਝ ਵੀ ਨਹੀਂ ਸਤ ਇਹਦਾ ਇੰਨਾ ਕਰਿਆਗਾ ਇਹਦੇ ਵੀ ਮਨ ਦੇ ਵਿੱਚ ਫਰਕ ਜਾਊਗਾ ਕਾਹਨ ਨੂੰ ਤਾਂ ਪੈਣੇ ਸਭ ਕੁਝ ਹੀ ਕਹਿ ਰਿੰਦਾ ਅਗਲਾ ਹਮ ਕੀ ਦਾ ਮੂੰਹ ਫੜਾਂਗੇ ਹੈ ਗੁੜਗਾ ਤੇ ਰਿਆੜਗਾ ਹੁੰਦਾਂ ਗਾ ਨਹੀਂ ਫਿਰ ਤੈਨੂੰ ਪਤਾ ਹੀ ਆ ਪੈਂਜੀ ਮੈਂ ਨਹੀਂ ਕੱਲ ਸਕਦੀਗੀ ਕੱਲ ਦਿਨ ਦੇ ਦੋ ਦਿਨ ਤਾਂ ਮੈਂ ਮੇਰੀ ਆਈ ਤੇ ਵੀ ਖੇਚਲਾਹ ਕਰੋਗੇ ਤੁਸੀਂ ਨਾ ਨਾ ਮੈਂ ਨਿਕਾਲ ਦੇਗੀ ਪੈਂਜੀ ਚਾਰ ਦਿਨ ਮਗਰੋ ਲੈ ਜੀ ਤੂੰ ਵਰਤਾਂ ਤੋਂ ਇਹ ਗੱਲਾਂ ਤੇ ਮੈਂ ਨਾਰਾਜ਼ ਆਂਗੀ ਇਹ ਤਾਂ ਹੈਗੀ ਮੈਂ ਮੰਨ ਲਈ ਤੇਰੀ ਗੱਲ ਹਾਂ ਮੈਂ ਇਹਨਾਂ ਨਾਲ ਤੋਂ ਨਰਾਜਾਂਗੀ ਨਾ ਮੈਂ ਕਰਾਂ ਇਹ ਜੇ ਕੰਮ ਨਾ ਪਈ ਮੈਂ ਜਾਣ ਦੇਵਾਂ ਨਰਾਜ ਤਾਂ ਫਿਰ ਮੈਂ ਵੀ ਸੀਗੀ ਨਾ ਹੁਣ ਫਿਰ ਮੈਂ ਤੈਨੂੰ ਵਾਰੀ-ਵਾਰੀ ਉਹੀ ਗੱਲ ਕੀ ਆਖਾਂ ਚੱਲ ਬੱਦੇ ਉਹ ਸਮਝਣਾ ਚਾਹੀਦਾ ਸੀ ਉਹਨਾਂ ਨੂੰ ਉਹਨਾਂ ਨੂੰ ਆਪ ਦਾ ਵਿਆਹ ਤੇ 7-8 ਲੱਖ ਰੁਪਈਆ ਲਾ ਕੇ ਹਟੇ ਨੇ ਵਿਆਹ ਨੂੰ ਲੱਖ ਲ ਡੇਢ ਲੱਖ ਨੂੰ ਅਸੀਂ ਵੋਠਾਂ ਕਰਦੇ ਆਂਗੇ ਜੰਗਾ ਪਾਣੇ ਫਿਰ ਜੇ ਨਹੀਂ ਵੇਚਣਾ ਤਾਂ ਤੁਸੀਂ ਨਾ ਆਪ ਹੀ ਛੱਡਾਇਓ ਦੋ ਦਿਨ ਹੁਣ ਮੈਂ ਤਾਂ ਦੇਖਾਇਆ ਨਾ ਕੋਈ ਨਾ ਫਿਰ ਉਹ ਤੋਂ ਬਾਅਦ ਬਾਅਦ ਤੋਂ ਬਾਅਦ ਅਸੀਂ ਛੱਡਾਵਾਂਗੇ ਬੋਲ ਜੇ ਛੱਡਣਾ ਛੱਡ ਜੇ ਲੈ ਕੇ ਜਾਣਾ ਲੈ ਜਾਓ ਜੇ ਸਾਰਾ ਕਹੋਗੇ ਭਾਈ ਅਸੀਂ ਛੱਡਾਵਾਂਗੇ ਨਾ ਛੱਡਾਇਓ ਫਿਰ ਮੈਂ ਇੱਥੋਂ ਤਾਂ ਰੋਜ਼ ਕਿੱਥੋਂ ਆਈਂਗਾ ਮੁੰਡਾ ਵੀ ਆਪਦੇ ਕੰਮ ਤਾਂ ਦੰਦਿਆਂ ਚ ਫਿਰਦਾ ਰਹਿੰਦਾ ਬੇ ਤੂੰ ਮੇਰੀ ਮਾਂ ਨੂੰ ਕਿਉਂ ਖਾਲੀ ਮੋੜਦੀਆਂ ਬਗ ਜਾਣਦੇ ਨਾ ਮੈਨੂੰ ਨਾ ਨਾ ਭਾਈ ਮੈਂ ਨਹੀਂ ਤੈਨੂੰ ਚਾਰ ਦਿਨ ਜਾਣ ਦਿੰਦੀ ਜਦੋਂ ਪੁੱਤੋ ਉੱਥੇ ਆਇਆ ਨਾ ਤਾਂ ਬਤੇ ਨਾ ਸਮਾਨ ਉਹਨੂੰ ਲੈ ਕੇ ਆਏ ਸਰਗੀ ਦੇ ਵਿੱਚ ਐਵੇਂ ਤੇਰਾ ਐ ਮੈਂ ਆਪਣੇ ਦੇ ਵਿੱਚ ਫਰਕ ਪੈ ਜੂ ਘਰੇ ਚਲ ਠੀਕ ਆ ਬੇਬੇ ਚਾਹ ਬਣਾ ਕੇ ਲਿਆ ਤੂੰ ਤੇਰੀ ਮਾਂ ਵਾਸਤੇ ਸੋਡੇ ਉਤੋਂ ਦੀ ਤਾਂ ਫਿਰ ਮੈਂ ਹੋ ਵੀ ਨਹੀਂ ਸਕਦੀ ਜੇ ਤੁਸੀਂ ਭੇਰ ਤੇ ਤਾਂ ਮੈਂ ਭੱਗ ਜਾਂਦੀ ਚਲ ਤੂੰ ਬਾਅਦ ਚ ਲਾਈ ਪੁੱਤ ਚਾਰ ਦਿਨ ਚਲ ਠੀਕ ਆ ਬੇਬੇ ਮੈਂ ਚਾਹ ਬਣਾ ਕੇ ਲਿਆਉਣੀ ਆ ਨਹੀਂ ਭੈਣ ਜੀ ਮੈਂ ਤੈਨੂੰ ਐ ਕਹਿੰਜੇ ਮੇਰੀ ਗੱਲ ਨਾਲ ਤੂੰ ਗੁੱਸਾ ਨਾ ਕਰੀ ਵੀ ਮੇਰੇ ਨਾਲ ਮਨਦੀਪ ਨੂੰ ਕੱਲ ਦੇਨੀਗੀ ਕੱਲ ਤਾਂ ਮੈਂ ਗੁੱਸਾ ਦਾ ਕਾਰਿਆ ਪੈਣੀ ਹਾਂ ਕੱਲ ਤਾਂ ਮੈਂ ਦਿੰਦੀ ਹੁਣ ਆ ਜਵਾਖਾਂ ਦੇ ਵਿੱਚ ਨਾ ਫਰਕ ਪੈ ਜਾਂਦਾ ਹੁਣਾ ਹੁਣ ਸਾਡੇ ਘਰੇ ਵੀ ਤੈਨੂੰ ਪਤਾ ਫਰਕ ਪੈ ਜੀ ਉੱਥੇ ਦੇਖ ਕੇ ਹੀ ਐ ਮੈਨੂੰ ਇਹ ਚੀਜ਼ਾਂ ਦਾ ਕਹਿ ਨਹੀਂ ਅਭੀ ਰੋਕ ਕਿਉਂ ਇਹਨੇ ਫਾਹੇ ਲੈਂਦੇ ਆਗੇ ਬਸ ਜਿਵੇਂ ਜਿਹੜੇ ਪਿੰਡਾਂ ਦੇ ਵਿੱਚ ਦੇਖ ਆਪਾਂ ਹੁ ਬੁੜਾ ਬੁੜੀਆਂ ਮਰ ਜਾਂਦੇ ਆ ਭੋਗ ਪਾਉਂਦੇ ਆ ਹਾਂ ਤੇ ਕਿਸੇ ਪਿੰਡ ਤੋਂ ਦੇਖ ਲਾਏ ਜਲੇਬੀਆਂ ਪਕਾਉਂਦੇ ਆ ਪਕੌੜੇ ਪਕਾਉਂਦੇ ਆ ਖਰਚਾ ਵਧਾ ਲੈਂਦੇ ਆ ਤੇ ਕਿਸੇ ਪਿੰਡਾਂ ਚ ਬੰਦ ਕਰ ਰੱਖਿਆ। ਉਹੀ ਤਾਂ ਭਾਣੇ ਆਪਾਂ ਫਿਰ ਕਰ। ਇਹ ਕੰਮ ਵੀ ਫਿਰ ਭਾਣੇ ਬੰਦ ਕਰਨੇ ਚਾਹੀਦੇ ਨੇ। ਕਰਨੇ ਚਾਹੀਦੇ ਫਿਰ ਮੈਂ ਤੈਨੂੰ ਆਹੀ ਆ ਨਹੀਂ ਭਾਣੇ ਕਿਉਂ ਇਹ ਖਰਚੇ। ਹਾਂ ਜੀ ਬੰਦ ਕਰ ਦੇਣ ਪਾਵਨ ਦੀ ਲਾਉਣ ਭਾਈ ਜਿਹਦੇ ਆਇਆ ਸੰਧਾ ਰਜਾ ਅਸੀਂ ਉਹਨੂੰ ਜਰਵਾਨਾ ਲਾਵਾਂਗੇ ਜਾਂ ਜਿਹਦਾ ਗਿਆ ਉਹਦਾ ਲਾਵਾਂਗੇ। ਹਾਂ ਤੇ ਫਿਰ ਲੋਕ ਖਰਚੀ ਨਾ ਵਧਾਉਣ। ਖਰਚ ਰਹਿਣਾਂ ਕਿ ਨਾਲੇ ਆਪਾਂ ਕਹਿੰਦੇ ਆ ਨਾ ਵੀ ਇਹ ਬੰਦ ਕਰਨਾ ਚਾਹੀਦਾ ਕਿਉਂ ਫਾਹੇ ਲੈਂਦੇ ਲੋਕ। ਹਾਂ ਫਿਰ ਆਪਾਂ ਤੇ ਉਹੀ ਗੱਲ ਹੈ ਜਿਵੇਂ ਕਹਿੰਦੇ ਹੁੰਦੇ ਜਦੋਂ ਖਰਚਾ ਵਧ ਜਾਂਦਾ ਕਬੀਲਦਾਰੀਆਂ ਚ ਜਦੋਂ ਕੋਈ ਪਈ ਦੇਣਾ ਲੈਣਾ ਤੇ ਫੇਰ ਹੋ ਉੱਥੇ ਮਰਨ ਥਾਈ ਗੱਲਾਂ ਪਹੁੰਚ ਜਾਂਦੇ ਪਹੁੰਚ ਜਾਂਦੇ ਭਾਂਜੀ ਫੇਰ ਮੈਂ ਹੀ ਤੈਨੂੰ ਸਮਝਾਉਣੀ ਹੈਗੀ ਵੀ ਅਸੀਂ ਨਾ ਤਾਂ ਇਹਨਾਂ ਚੀਜ਼ੇ ਮੇਰਾ ਐ ਕਹਿ ਦਿੰਦੇ ਨੇ ਵੀ ਸਾਡਾ ਤਾਂ ਕਰਜ਼ੇ ਦਾ ਮਾਰਿਆ ਮਰ ਗਿਆ ਤੇ ਵੀ ਸਰਕਾਰ ਪੈਸੇ ਦੇਵੇ ਤੇ ਉਹ ਜੇ ਆਪ ਹੀ ਬੋਚ ਕੇ ਰੱਖਣ ਫੇਰ ਉਹ ਹੀ ਤਾਂ ਮਦਦ ਬਣ ਜਾਈ ਨਹੀਂ ਆਗੀ ਬੇ ਇਨ ਖਰਚੇ ਵਧਾਉਣ ਦੀ ਲੋੜ ਹੀ ਨਹੀਂ ਹੁੰਦੀਗੀ ਹਾਂ ਲੋੜ ਹੀ ਨਹੀਂ ਮੰਦੀ ਭਲਿਆ ਭਾਚਾ ਲਿਆ ਕੁੱਟ ਫੇਰ ਮੈਂ ਵੀ ਮੁੜਨਾਗਾ ਬਸ ਆਉਣ ਵਾਲੀ ਹੋਊਗੀ ਅੱਛਾ ਔਰ ਫਿਰ ਹਾਂ ਜੀ ਕੋਈ ਨਾ ਜਦ ਮੇਰੀ ਖੇਚੜਾ ਨੀ ਪੱਲੇ ਪਈ ਚੱਲ ਕੋਈ ਨੀ ਪੈਂਦੀ ਖੇਚੜਾ ਬੇ ਮੈਂ ਵੀ ਮਾਨ ਬਣਾ ਲਿਆ ਮੈਂ ਵੀ ਜਾਂਦੀ ਨੀ ਮੈਂ ਵੀ ਇਸ ਚੀਜ਼ ਦੇ ਖਿਲਾਫ ਹਾਂ ਤੇਰੇ ਨਾਲ ਕਿਉਂਕਿ ਹੁਣ ਮੇਰੀ ਗੱਲ ਸੁਣ ਮੈਂ ਸੋਚ ਕੇ ਇਨਾ ਚਾਹ ਬਣਾਉਂਦੀ ਆ ਜਿਹੜੀਆਂ ਲੋਕ ਪਰਤੂਲੀਆਂ ਕਰਦੇ ਨੇ ਮਤਲਬ ਅੱਡੀਆਂ ਚੱਕ ਕੇ ਫਾਹਾ ਲੈਂਦੇ ਨੇ ਇਹ ਫਾਹੇ ਲੈ ਕੇ ਤੇ ਫਿਰ ਜਦੋਂ ਕਰਜ਼ਾ ਚੜ ਜਾਂਦਾ ਆਰਤੀਆਂ ਦੇ ਉੱਤੇ ਦੀ ਹੋ ਜਾਂਦਾ ਨਾ ਤਾਂ ਆਰਤੀਆਂ ਪਰ ਆਪਦੀ ਖਾਸ ਨੂੰ ਖਰਚਾ ਕਰਨ ਦੇਵੇ ਕੁਛ ਰੇਹਾਂ ਸਪਰੇਹਾਂ ਨਹੀਂ ਫਿਰ ਮਿਲਦਾਂ ਤੇ ਨਾਲੇ ਆ ਫਸਲ ਨਾਲ ਤਾਂ ਫਿਰ ਵਿਆਜ ਵੀ ਨਹੀਂ ਮੁੜਦਾ ਆੜਤੀਆਂ ਦਾ ਉਹੀ ਤਾਂ ਮੈਂ ਤੇਨ ਮਾਮ ਸਮਝਾਈ ਜਾਂਦੀ ਆ ਮਹ ਭਾਈ ਜਿਸੀ ਤੈ ਹੈ ਜਿਉ ਫालतू ਗੱਲਾਂ ਕਰਦੇ ਨਹੀਂ ਇਹ ਲੋਕਾਂ ਨੂੰ ਬੇਬੇ ਆਪ ਸਮਝਣਾ ਚਾਹੀਦਾ ਨਾਲੇ ਤਾਂ ਹੁਣ ਮੇਰੀ ਗੱਲ ਸੁਣੋ ਹੁਣ ਵੱਡੇ ਘਰ ਦਾ ਚੱਲ ਕਰ ਲਾਂਦੇ ਨੇ ਭਾਈ ਜਿਨ੍ਹਾਂ ਦੇ 100 100 2 200 ਕਿੱਲਾ ਹਨਾ ਆ ਜਿਹੜੇ ਵਿਚਾਰੇ ਆਪਣੇ ਵਰਗੇ ਆਪਣੇ ਵਰਗੇ ਹਾਂ ਫੈਮਲੀ ਦੇ ਲੋਕ ਨੇ ਇਹ ਫਿਰ ਮਰਦੇ ਨੇ ਢੀਆਂ ਚੱਕ ਕੇ ਕਿਉਂਕਿ ਜਦੋਂ ਦੇਖ ਕੇ ਜੀ ਦਾ ਸਬਦਾ ਹੀ ਕਰਦਾ ਵੀ ਮੈਂ ਵੀ ਐਂ ਕਰਾਂ ਇਹ ਮਾਂ ਕਰਵਾਹੇ ਲੈਂਦੇ ਨੇ ਮਾਂ ਕਰ ਤਾਂ ਲੈਂਦੇ ਆ ਕਿ ਮੈਂ ਇਹੀ ਤੇ ਤੇਰੀ ਮਾਂ ਨੂੰ ਸਮਝਾਈ ਜਾਂਦੀ ਆ ਵੀ ਪੰਜ ਜੀ ਆਪਣੇ ਵਰਗਿਆਂ ਦਾ ਕੀ ਬੱਟੀ ਦਾ ਆ ਆ ਲੋਕ ਵਿਚਾਰੇ ਲਾਜ ਦੇ ਤੋੜੇ ਮਰੀ ਜਾਂਦੇ ਨੇ ਜਿਨ੍ਹਾਂ ਦੇ ਘਰ ਨਹੀਂ ਉਹਨਾਂ ਨੂੰ ਕੁਝ ਪੀਆ ਨਹੀਂ ਦਿੰਦਾ ਆਂ ਤੂੰ ਛੋੜਾਉਂਦੇ ਨੇ ਹੁਣ ਲੈ ਸਾਡੇ ਨਾਲ ਤਾਂ ਉਹ ਬੱਦ ਖਰਚਾ ਕਰਨਗੇ ਵੀ ਫੇਰ ਕੱਪੜਾ ਹੀੜਾ ਵੀ ਲੈ ਕੇ ਆਉਣਗੇ ਸਾਰੇ ਮੈਂ ਤਾਂ ਐਂ ਹੀ ਕਹਿਦੀ ਆ ਆਪ ਦੀ ਨੂੰ ਨੂੰ ਕੂਮ ਵੀ ਲੈ ਕੇ ਆਉਣਗੇ ਬੇਟੂ ਮਟਕਾਂ ਅੰਤਾ ਮਾਰੇ ਆ ਮਾਰੇ ਲੋਕਾਂ ਆ ਲੈ ਹੋਣਾ ਹੀ ਗੱਲ ਆਪਾਂ ਪਿਆਗਾ 50 60 ਹਜ਼ਾਰ ਨੂੰ ਸੇਉਣਾ ਹੋਇਆ ਪਿਆਗਾ ਨਾ 60 ਤੋਂ ਉੱਤੇ ਆ 60 ਤੋਂ ਉੱਤੇ ਹੋਇਆ ਪਿਆਗਾ ਜੇ ਕਿ ਸਾਡਾ ਨੱਕ ਨਹੀਂ ਰਹਿੰਦਾ ਟੂਮਾ ਪੰਗਾ ਮਿਲਾਂ ਮੈਂ ਕਹੇ ਕਹਿੰਦੀ ਆ ਬੇਬੇ ਵੀ ਜਵਾਬ ਦੇਣਾ ਚਾਹੀਦਾ ਇਹਨਾਂ ਮੈਂ ਤਾਂ ਆਪਾਂ ਹੀ ਕਹਿੰਦੀ ਸੀ ਮੈਂ ਖਾ ਜਵਾਬ ਦੇ ਦੇ ਭਾਈ ਤੂੰ ਵੀ ਭਾਈ ਅਸੀਂ ਨਹੀਂ ਅਹੇ ਕੰਜਰਖਾਨੇ ਕਰਦੇ ਸਾਨੂੰ ਤਾਂ ਲੋੜ ਦੀ ਹਾਂ ਸਾਡਾ ਭਾਈ ਕੁੜੀ ਦੀ ਅੱਖ ਸੱਸ ਲੜੀ ਜਾਂਦੀ ਐ ਤੂੰ ਮੇਰੇ ਨਾਲ ਗੱਲ ਕਰਾ ਦਿੰਦੀ ਉਹਨਾਂ ਦੀ ਮਾਪੇ ਛਾੜਦੀ ਉਹਨਾਂ ਉਸ ਤੇਰੇ ਨਾਲ ਤਾਂ ਕੀ ਗੱਲ ਕਰਾਵਾਂ ਤੁਸੀਂ ਕਰ ਲਿਓ ਫੋਨ ਤੁਹਾਡੇ ਕੋਲ ਨੰਬਰ ਹੈਗਾ ਅੱਥ ਨੇ ਅਸੀਂ ਲਾ ਕੇ ਫੋਨ ਹੋਲੇ ਮੈਂ ਚੜ ਚੁੱਪ ਕਰੂ ਨਾ ਮੈਂ ਜਵਾਬ ਦੇਣ ਜੋکریاں ਨਾ ਮੈਂ ਹਾਂ ਕਹਿਣ ਜੋکریاں ਮੈਂ ਤਾਂ ਵਿਚਾਰੇ ਫਸੀਆਂ ਬਸ ਮੇਰੇ ਕੋਲ ਹੈਗਾ ਕਿ ਉਹਨਾਂ ਨੰਬਰ ਅੱਥਰੇ ਤੇ ਮੈਂ ਉਹਨਾਂ ਨੇ ਚੜ ਚੁੱਪ ਕਰੂਗੀ ਮੈਂ ਬੰਦ ਕਰੂਗੀ ਉਹਨਾਂ ਦਾ ਮੈਨੂੰ ਫਿਰ ਮੇਰੇ ਤਾਂ ਹੁਣ ਨਾ ਬਸ ਨਾਂਝੂ ਬਸ ਚਾਹ ਵੀ ਮੇਰੇ ਤਾਂ ਨਾ ਕੀ ਚਾਹ ਲੰਘੂਗੀ ਹੋਰ ਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸ਼ਸ਼ੀ ਕਾਲ ਜੀ ਹਾਂਜੀ ਅਸੀਂ ਇਹੀ ਕਹਿੰਦੇ ਆ ਵੀ ਆ ਜਿਹੜੇ ਫਜ਼ੂਲ ਖਰਚੇ ਇਹ ਰੋਕਣੇ ਚਾਹੀਦੇ ਨੇ ਵੀ ਜੇ ਨਨੂ ਰੋ ਜੇ ਅਸੀਂ ਰੋਕਾਂਗੇ ਫੇਰ ਹੀ ਰੁਕਣਗੇ ਹੁਣ ਜੇ ਅਸੀਂ ਬਾਤ ਚੜ੍ਹ ਕੇ ਕਰਾਂਗੇ ਫਿਰ ਇਹ ਵਾਅਦਾ ਵਧੂ ਗਈ ਵੀ ਘਟਦਾ ਨਹੀਂ ਲੇਗਾ ਵੀ ਇਸ ਕਰਕੇ ਵੀ ਆਪ ਦੀ ਚਾਦਰ ਦੇਖ ਕੇ ਪੈਰ ਪਸਾਰੋ ਧੰਨਵਾਦ